ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਦਰਸ਼ਨ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਰਾਮਗੜੀਆ ਗੁਰਦੁਆਰਾ ਕਾਉਂਟਰੀ, ਜਿਹੜਾ ਕਿ ਸਾਡਾ ਹੋਮ ਟਾਊਨ ਵੀ ਹੈ ਜੀ, ਇੱਥੇ ਹਿਸਟੋਰਿਕ ਕਾਉਂਟਰੀ ਵੀ ਇਹਨੂੰ ਆਖਿਆ ਜਾਂਦਾ, ਜਿਹਦੇ ਵਿੱਚ ਸਾਡੀ ਬਹੁਤ ਵਸੋਂ ਹੈ ਅਤੇ ਇਸੇ ਸ਼ਹਿਰ ਦੇ ਵਿੱਚ ਹੋਰ ਸਾਡੀਆਂ ਬਹੁਤ ਸਾਰੀਆਂ ਯਾਦਾਂ ਨੇ। ਤੋ ਰਾਮਗੜੀਆ ਗੁਰਦੁਆਰਾ ਕਾਉਂਟਰੀ, ਜਿਹਦਾ ਕਿ ਅੱਧੀ ਸਦੀ ਤੋਂ ਲੰਬਾ ਇਤਿਹਾਸ ਹੈ, ਬਹੁਤ ਮੁੱਦਤ ਹੋ ਗਈ ਇਸ ਗੁਰਦੁਆਰਾ ਸਾਹਿਬ ਨੂੰ ਇੱਥੇ ਸਥਾਪਿਤ ਹੋਇਆ ਇਸੇ ਜਗ੍ਹਾ 'ਤੇ। ਅਤੇ ਅਸੀਂ ਆਪ ਜੀ ਨੂੰ ਅੰਦਰ ਲੈ ਕੇ ਚੱਲਾਂਗੇ, ਨਾਲ ਨਾਲ ਸੇਵਾਦਾਰਾਂ ਦੇ ਨਾਲ ਗੱਲਾਂ ਕਰਵਾਵਾਂਗੇ ਕਿ ਹੁਣ ਤੱਕ ਇਹ ਗੁਰਦੁਆਰਾ ਸਾਹਿਬ ਕਿਸ ਮੁਕਾਮ 'ਤੇ ਪਹੁੰਚੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਕੀ ਪਲਾਨਸ ਨੇ, ਅਤੇ ਕਮਿਊਨਿਟੀ ਵਾਸਤੇ ਰਾਮਗੜੀਆ ਗੁਰਦੁਆਰਾ ਕਾਉਂਟਰੀ ਅਤੇ ਸਿੱਖ ਯੂਨੀਅਨ, ਜਿਨ੍ਹਾਂ ਨੂੰ ਕਿ ਰੈਕੋਗਨਾਈਜ਼ ਕੀਤਾ ਗਿਆ ਹੈਗਾ ਕੁਈਨ ਵੱਲੋਂ ਵੀ, ਅਤੇ ਇਹਨਾਂ ਦੀਆਂ ਕੀ ਪ੍ਰਾਪਤੀਆਂ ਨੇ, ਕਿ ਇਹਨਾਂ ਦੀ ਆਪਸ ਵਿੱਚ ਬਹੁਤ ਵਧੀਆ ਕੋਲੈਬੋਰੇਸ਼ਨ ਹੈ। ਤੋ ਮੈਂ ਆਪਣੇ ਸਾਰੇ ਹੀ ਦਰਸ਼ਕਾਂ ਨੂੰ ਅੱਜ ਕਾਉਂਟਰੀ ਆਉਣ 'ਤੇ, ਕਿਉਂਕਿ ਤੁਸੀਂ ਕਾਉਂਟਰੀ ਨੂੰ ਦੇਖ ਰਹੇ ਹੋ, ਕਾਉਂਟਰੀ ਦੇ ਗੁਰਦੁਆਰੇ ਦੇਖ ਰਹੇ ਹੋ, ਜੀ ਆਇਆਂ ਕਹਿੰਦਾ ਅਤੇ ਵਧਾਈ ਦਿੰਦਾ ਜੀ। ਸੋ ਆਓ ਆਪਾਂ ਅੰਦਰ ਚੱਲਦੇ ਹਾਂ ਦਰਬਾਰ ਸਾਹਿਬ ਦੇ ਵਿੱਚ, ਅਤੇ ਫਿਰ ਆਪਾਂ ਸੇਵਾਦਾਰਾਂ ਦੇ ਨਾਲ ਗੱਲਾਂ ਕਰਾਂਗੇ ਜੀ। ਹਾਂਜੀ, ਹੁਣ ਅਸੀਂ ਰਾਮਗੜੀਆ ਗੁਰਦੁਆਰਾ ਸਾਹਿਬ ਕਾਉਂਟਰੀ ਦੇ ਜਿਹੜੇ ਮੁੱਖ ਸੇਵਾਦਾਰ ਨੇ ਪ੍ਰਧਾਨ ਸਾਹਿਬ ਅਜੀਤ ਸਿੰਘ ਜੀ ਜੁਟਲਾ, ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਕਿੰਨਾ ਕੁ ਪੁਰਾਣਾ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ। ਸੋ ਜੁਟਲਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਦੱਸੋ ਜੀ ਕਿੰਨਾ ਕੁ ਪੁਰਾਣਾ ਇਤਿਹਾਸ ਹੈ ਇਹ ਜੀ ਗੁਰੂ ਘਰ ਸਾਡੇ। ਮੇਰੇ ਆਉਣ ਤੋਂ ਤਕਰੀਬਨ ਪਹਿਲਾਂ, ਮੈਂ ਤਾਂ 1975 'ਚ ਇੱਥੇ ਆਇਆ, 1961 ਤੋਂ ਇੱਥੇ ਆਲਰੇਡੀ ਗੁਰੂ ਘਰ ਦੀ ਸਥਾਪਨਾ ਹੋ ਚੁੱਕੀ ਆ। ਅਤੇ ਪਹਿਲਾਂ ਤਾਂ ਸਿਰਫ 2 ਕੁ ਕਮਰੇ ਹੁੰਦੇ ਸੀ, ਹੌਲੀ 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 ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਵੇਲੇ ਸਾਡੇ ਕੋਲ 3 ਹੌਲ ਆ, ਅਤੇ ਗੁਰੂ ਘਰ ਦੇ ਵਿੱਚ ਕਾਲਜ ਵੀ ਰਨ ਹੋ ਰਿਹਾ ਆ, ਮਿਊਜ਼ਿਕ ਕਲਾਸ ਵੀ ਰਨ ਹੋ ਰਹੀ ਆ, ਅਤੇ ਫਿਰ ਸਿੱਖ ਯੂਨੀਅਨ ਦੇ ਨਾਲ ਵੀ ਸਾਡਾ ਫੈਡਰੇਸ਼ਨ ਹੋਈ ਆ, ਅਤੇ ਨਾਲ ਹੁਣ ਪਾਠ ਦੀਆਂ ਕਲਾਸਾਂ ਵੀ ਇਸ ਵੇਲੇ ਆਰੰਭ ਹੋ ਗਈਆਂ ਆ। ਅਤੇ ਇਸ ਵੇਲੇ ਗੁਰੂ ਘਰ ਕਾਫੀ ਤਰੱਕੀ 'ਤੇ ਜਾ ਰਿਹਾ, ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਦਿਨੋ ਦਿਨ ਤਰੱਕੀ ਕਰ ਰਹੇ ਹਾਂ। ਹਾਂਜੀ ਜੁੱਟੋ ਸਾਹਿਬ, ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਕੋਲੋਂ ਕਿਸ ਤਰ੍ਹਾਂ ਦਾ ਸਹਿਯੋਗ ਚਾਹੁੰਦੇ ਹੋ? ਸੋ ਅਕਾਲ ਚੰਦ ਦੇ ਜ਼ਰੀਏ ਨਾਲ ਇਹ ਗੱਲ ਦੱਸੋ ਜੀ। ਸਾਡੀ ਦਿਲੋਂ ਇਹ ਕੋਸ਼ਿਸ਼ ਆ ਕਿ ਜਿਹੜੀ ਸਾਡੀ ਆਉਣ ਵਾਲੀ ਪਨੀਰੀ ਆ ਉਹਨੂੰ ਮੋਹਰੇ ਲਿਆਂਦਾ ਜਾਵੇ, ਉਹਨਾਂ ਨੂੰ ਗੁਰੂ ਅਸਥਾਨ ਦੇ ਨਾਲ ਜੋੜਿਆ ਜਾਵੇ, ਕਿਉਂਕਿ ਸਮੇਂ ਦੇ ਅਨੁਸਾਰ ਇਸ ਵੇਲੇ ਸਾਡੀ ਇਹ ਸਭ ਤੋਂ ਜ਼ਿਆਦਾ ਘਾਟ ਆ। ਸੋ ਪਿਆਰੇ ਦਰਸ਼ਕੋ, ਬਹੁਤ ਵਧੀਆ ਇੱਥੇ ਦਾ ਪ੍ਰੋਗਰਾਮ ਹੈ ਕਿ ਇਹਨਾਂ ਨੇ, ਪ੍ਰਧਾਨ ਸਾਹਿਬ ਨੇ ਕਿਹਾ ਕਿ ਆਉਣ ਵਾਲੀ ਪਨੀਰੀ ਜਿਹੜਾ ਸਾਡਾ ਭਵਿੱਖ ਨੇ, ਉਹਨਾਂ ਵਾਸਤੇ ਮਿਊਜ਼ਿਕ ਦੀਆਂ ਕਲਾਸਾਂ ਅਤੇ ਹੋਰ ਬਹੁਤ ਸਾਰੇ ਇੰਤਜ਼ਾਮ ਇੱਥੇ ਹੋ ਰਹੇ ਨੇ, ਅਤੇ ਇਹ ਬੜੀ ਖੁਸ਼ੀ ਦੀ ਗੱਲ ਆ। ਅਖੀਰ 'ਤੇ ਪ੍ਰਧਾਨ ਸਾਹਿਬ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਅਕਾਲ ਚੈਨਲ ਵੱਲੋਂ, ਅਤੇ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਇਹ ਜਿਹੜਾ ਪ੍ਰੋਗਰਾਮ ਗੁਰਦੁਆਰਾ ਆਪਣੇ ਦਰਸ਼ਨ ਹੈ, ਇਹਦੇ ਨਾਲ ਅਸੀਂ ਪ੍ਰਿਜ਼ਰਵ ਕਰ ਰਹੇ ਹਾਂ ਸਾਰੀ ਆਪਣੀ ਹਿਸਟਰੀ ਨੂੰ, ਆਪਣੇ ਇਤਿਹਾਸ ਨੂੰ, ਹਰ ਗੁਰਦੁਆਰੇ ਦੇ ਇਤਿਹਾਸ ਨੂੰ। ਸੋ ਬਹੁਤ ਬਹੁਤ ਧੰਨਵਾਦ ਜੀ, ਅਤੇ ਹੁਣੇ ਆਪਾਂ ਜਨਰਲ ਸੈਕਟਰੀ ਦੇ ਸਾਹਿਬ ਮਨਿਸਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਜੀ। ਅਸੀਂ ਰਾਮਗੜੀਆ ਗੁਰਦੁਆਰਾ ਕਾਉਂਟਰੀ ਦੇ 50 ਸਾਲ ਤੋਂ ਜ਼ਿਆਦਾ, ਅੱਧੀ ਸਦੀ ਤੋਂ ਜ਼ਿਆਦਾ ਪੁਰਾਣੇ ਇਤਿਹਾਸ ਦੇ ਨਾਲ
ਵਾਵਸਥਾ ਹੋ ਰਹੇ ਹਾਂ। ਬਹੁਤ ਸ਼ਖਸੀਅਤਾਂ ਨੇ ਇਹਦੇ ਵਿੱਚ ਸੇਵਾ ਕੀਤੀ ਅਤੇ ਅੱਜ ਇੰਗਲੈਂਡ ਦੇ ਵਿੱਚ ਹੀ ਨਹੀਂ, ਸਾਰੇ ਯੂਕੇ ਦੇ ਵਿੱਚ ਨਹੀਂ, ਸਾਰੇ ਯੂਰਪ ਦੇ ਵਿੱਚ, ਸਾਰੀ ਦੁਨੀਆ ਵਿੱਚ ਰਾਮਗੜ੍ਹੀਆ ਗੁਰਦੁਆਰਾ ਦੀ ਆਪਣੀ ਇੱਕ ਪਹਿਚਾਣ ਆ, ਸਿੱਖ ਯੂਨੀਅਨ ਦੀ ਆਪਣੀ ਇੱਕ ਪਹਿਚਾਣ ਆ, ਅਤੇ ਇਹਨਾਂ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ। ਅਤੇ ਹੁਣ ਮੇਰੇ ਨਾਲ ਹਨ ਸਵਰਨ ਸਿੰਘ ਜੀ ਪਨੇਸਰ। ਪਨੇਸਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਮੈਂ ਅਕਾਲ ਚੈਨਲ ਦੇ ਮੁੱਖ ਜੋ ਸਾਡੇ ਪ੍ਰੈਜੈਂਟਰ ਹਨ ਟੀਸੀ ਸਾਹਿਬ ਅਤੇ ਉਹਨਾਂ ਦੀ ਟੀਮ ਨੂੰ, ਸਮੂਹ ਟੀਮ ਨੂੰ ਮੈਂ ਜੀ ਆਇਆਂ ਆਖਦਾ ਹਾਂ। ਅਕਾਲ ਚੈਨਲ ਨੇ ਸਿੱਖ ਧਰਮ ਦੇ ਵਾਧੇ ਵਾਸਤੇ, ਪ੍ਰਸਾਰ ਵਾਸਤੇ ਅਤੇ ਸਿੱਖੀ ਸਮੱਸਿਆ ਨੂੰ ਹੱਲ ਕਰਨ ਦੇ ਵਿੱਚ ਬੜਾ ਯੋਗਦਾਨ ਪਾਇਆ ਹੈ। ਅਸੀਂ ਸਾਰੇ ਚਾਹੁੰਦੇ ਹਾਂ, ਅਰਦਾਸ ਕਰਦੇ ਹਾਂ ਕਿ ਅਕਾਲ ਚੈਨਲ ਦਿਨ ਦੁੱਗਣੀ ਤਰੱਕੀ ਕਰੇ ਅਤੇ ਸਾਧ ਸੰਗਤ ਦੀ ਸੇਵਾ ਕਰੇ। ਮੈਂ ਅਕਾਲ ਚੈਨਲ ਦੇ ਮੀਡੀਅਮ ਨਾਲ ਸਮੂਹ ਸੰਗਤਾਂ ਨੂੰ ਇੱਕ ਵਾਰੀ ਫਿਰ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ ਸਰੋਤਿਆਂ ਨੂੰ ਇਹ ਗੱਲ ਦੱਸਣ ਦੇ ਵਿੱਚ ਮੈਨੂੰ ਬਹੁਤ ਫਖਰ ਹੋ ਰਿਹਾ ਹੈ ਕਿ ਰਾਮਗੜ੍ਹੀਆ ਗੁਰਦੁਆਰਾ ਇਸ ਸਥਾਨਕ ਸੰਗਤਾਂ ਦੀ ਪਾਠ ਦੁਆਰਾ, ਕੀਰਤਨ ਦੁਆਰਾ ਅਤੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੋੜਨ ਦੀ ਬੜਾ ਉਪਰਾਲਾ ਕਰ ਰਿਹਾ ਹੈ। ਗੁਰੂ ਘਰ ਦੇ ਵਿੱਚ ਸੇਵਾਵਾਂ ਦਾ ਵੇਰਵਾ ਪ੍ਰਧਾਨ ਸਾਹਿਬ ਨੇ ਪਹਿਲਾਂ ਦਿੱਤਾ ਹੈ। ਸਭ ਤੋਂ ਵੱਡੀ ਗੱਲ ਹੈ ਅੱਜ ਸਾਡੇ ਨੌਜਵਾਨ ਪੀੜ੍ਹੀ, ਜੋ ਨੌਜਵਾਨ ਬੱਚੇ ਹਨ, ਉਹਨਾਂ ਨੂੰ ਸੰਭਾਲਣ ਦੀ ਹੈ। ਉਹਨਾਂ ਵਾਸਤੇ ਬੇਸਿਕ ਪੰਜਾਬੀ ਤੋਂ ਲੈ ਕੇ GCSE ਪੰਜਾਬੀ ਅਤੇ ਐਡਵਾਂਸ ਲੈਵਲ ਪੰਜਾਬੀ ਦੀਆਂ ਕਲਾਸਾਂ ਕਮਿਊਨਿਟੀ ਕਾਲਜ ਵਿੱਚ ਚੱਲਦੀਆਂ ਹਨ। ਪਿਛਲੇ ਸਾਲਾਂ ਤੋਂ ਪੰਜਾਬੀ ਦੇ ਵਿੱਚ ਜੋ ਸਿੱਖ ਸਟੱਡੀ ਦੇ ਏ ਲੈਵਲ ਦੇ ਇਮਤਿਹਾਨ ਵੀ ਚੱਲ ਰਹੇ ਹਨ। ਇਸ ਤੋਂ ਉਪਰੰਤ ਸੰਗੀਤ, ਜੋ ਸਾਡੇ ਗੁਰਬਾਣੀ ਦੇ ਵਿੱਚ ਰਾਗਾਂ ਦੇ ਅਨੁਸਾਰ ਕੀਰਤਨ ਦੀ ਵਿੱਦਿਆ ਦਿੱਤੀ ਜਾ ਰਹੀ ਹੈ, ਜਿਸ ਦੇ ਵਿੱਚ ਕੀਰਤਨ ਦੇ ਪ੍ਰਸਿੱਧ ਪ੍ਰੋਫੈਸਰ ਅਮਰ ਸਿੰਘ ਜੀ ਅਤੇ ਹੋਰ ਪ੍ਰੋਫੈਸਰ ਪੜ੍ਹਾਉਣ ਦੀ ਸੇਵਾ ਕਰਦੇ ਆ, ਤਾਂ ਜੋ ਸਾਡੇ ਬੱਚੇ ਆਪਣੀ ਮਾਂ ਬੋਲੀ ਪੰਜਾਬੀ ਸਿੱਖ ਕੇ ਗੁਰਬਾਣੀ ਪੜ੍ਹ ਸਕਣ ਅਤੇ ਗੁਰੂ ਨਾਲ ਜੁੜ ਸਕਣ। ਇਸ ਤੋਂ ਇਲਾਵਾ ਬੱਚੇ ਆਪਣੀ ਕੀਰਤਨ ਦੀ ਜੋ ਦਾਤ ਸਾਨੂੰ ਮਿਲੀ ਹੈ ਉਸ ਦੇ ਵਿੱਚ ਵੀ ਵਾਧਾ ਹੋ ਸਕੇ, ਸਾਡਾ ਪੂਰਾ ਯਤਨ ਇਹਦੇ ਬਾਰੇ। ਖੁਸ਼ੀ ਹੋ ਰਹੀ ਹੈ ਕਿ ਜਗਜੀਤ ਸਿੰਘ ਜੀ ਜੱਗੀ, ਜਿਹੜੇ ਕਿ ਵਾਈਸ ਪ੍ਰੈਜੀਡੈਂਟ ਨੇ ਆਪਣੇ ਰਾਮਗੜ੍ਹੀਆ ਗੁਰਦੁਆਰਾ ਸਾਹਿਬ ਕਾਵਨਟਰੀ ਦੇ, ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਇਹ ਗੱਲ ਕਹਿੰਦਿਆਂ ਸਾਨੂੰ ਫਖਰ ਮਹਿਸੂਸ ਹੁੰਦਾ ਕਿ ਸਾਡੀ ਯੰਗ ਜਨਰੇਸ਼ਨ ਦੇ ਵਿੱਚੋਂ ਜਿਹੜਾ ਕੰਮ ਜਗਜੀਤ ਸਿੰਘ ਨੇ ਕੀਤਾ, ਸ਼ਾਇਦ ਉਹ ਮਾਣ ਕਿਸੇ ਹੋਰ ਨੂੰ ਪ੍ਰਾਪਤ ਨਾ ਹੋਇਆ ਹੋਵੇ। ਦੁਨੀਆ ਭਰ ਦੇ ਵਿੱਚ ਕੋਈ ਐਸਾ ਰਾਗੀ ਜਥਾ ਨਹੀਂ, ਕੋਈ ਐਸਾ ਕੀਰਤਨ ਜਥਾ ਨਹੀਂ ਜਿਹੜਾ ਜਗਜੀਤ ਸਿੰਘ ਜੱਗੀ ਦੇ ਨਾਂ ਤੋਂ ਨਾ ਜਾਣਦਾ ਹੋਵੇ। ਨਾ ਕੇਵਲ ਇਹ ਖੁਦ ਕੀਰਤਨ ਕਰਦੇ ਨੇ ਜਾਂ ਤਬਲਾ ਜਾਂ ਹੋਰ ਜਿਹੜੇ ਬਹੁਤ ਸਾਰੇ ਸਾਜ਼ਾਂ ਦੇ ਗਿਆਤਾ ਹਨ, ਉੱਥੇ ਇਹਨਾਂ ਨੇ ਪ੍ਰਮੋਟ ਕਰਨ ਦੇ ਲਈ ਵਾਸਤੇ ਆਪਣੇ ਜਥਿਆਂ ਦਾ ਸਤਿਕਾਰ ਬਿਹਾਲ ਕਰਨ ਦੇ ਵਿੱਚ, ਪੰਥ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਸੋ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਥੋੜ੍ਹਾ ਜਿਹਾ ਸਾਡੇ ਜਿਹੜੇ ਸਰੋਤੇ ਹੈਗੇ, ਸਾਡੇ ਦਰਸ਼ਕ ਜਿਹੜੇ ਹੈਗੇ ਆ, ਉਹ ਅੰਗਰੇਜ਼ੀ ਬਹੁਤ ਸਾਰੇ ਸਮਝਦੇ ਨੇ, ਉਹ ਅੰਗਰੇਜ਼ੀ ਵਿੱਚ ਤੁਹਾਨੂੰ ਦੱਸਣਗੇ ਕਿ ਇਹਨਾਂ ਥੋੜ੍ਹਾ ਜਿਹਾ ਰਾਗ ਬਾਰੇ, ਥੋੜ੍ਹੀ ਰਾਗ ਵਿੱਦਿਆ ਬਾਰੇ, ਅਤੇ ਨਾਲ ਨਾਲ ਸਾਡੇ ਜਥਿਆਂ ਦੀ ਪ੍ਰਮੋਸ਼ਨ ਬਾਰੇ ਅਤੇ ਰਾਮਗੜ੍ਹੀਆ ਗੁਰਦੁਆਰੇ ਦੀ ਪ੍ਰਾਪਤੀ ਬਾਰੇ। ਜੱਗੀ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਵੈਰੀ ਮੱਚ। ਆਈ ਵੁੱਡ ਲਾਈਕ ਟੂ ਸੇ ਦੈਟ First of all, to Akal Channel for coming to Ramgarhia Gurudwara Sahib, Coventry, Fozal Road today. Very thank you, and thank you for preserving the history. And Tesi Sahib, Tuhada Bohut Dhanwad Hai, Tusi Aaya, and especially to Mr. Kooner, Amrik Singh Kooner, Hona Di, Sari Team, because you guys are supporting the public and also spreading the message of Sikhi and preserving history. And the main reason why you've come to the Gurukar today, and I hear that you're going to go to many Gurukars in all over England, yeah, to preserve the history. Our Gurudwara Sahib has been here over 50 years now, and I've had the privilege of my grandfather Santokh Singh Ji Bansal, and to be one of the first founders of the Gurukar as well. So I'm very privileged that ਇਹ ਸਾਡੇ ਪਰਿਵਾਰ ਵਿੱਚੋਂ ਸੇਵਾ ਸ਼ੁਰੂ ਹੋਈ ਹੈ, ਤਾਂ ਹੁਣ ਵੀ ਸਾਡੇ ਪਰਿਵਾਰ ਦੇ ਮੈਂਬਰ ਨਾਲ ਸਾਰੇ ਜੁੜੇ ਆ। ਐਂਡ ਆਈ ਲਾਈਕ ਟੂ ਜਸਟ ਸ਼ੇਅਰ ਦੈਟ ਜਿੱਥੇ ਵੀ ਟ੍ਰਾਇੰਗ ਟੂ ਪ੍ਰਮੋਟ ਗੁਰਸਿੱਖੀ ਐਂਡ ਜੋਰ ਸੰਗਤ ਗੁਰੂ ਘਰ, ਵੀ ਹੈਵ ਡਨ ਵੇਰੀਅਸ ਥਿੰਗਸ ਹੇਅਰ, ਐਸ ਵੀ ਮੈਂਸ਼ਨ ਦ ਪੰਜਾਬੀ ਕਲਾਸ, ਵੀ ਡੂ ਵੀ ਮੈਂਸ਼ਨ ਰਾਗ ਕੀਰਤਨ, ਐਂਡ ਵਿਚ ਵੀ ਓਨਲੀ ਡੋਂਟ ਸਿਖਾ ਕੀਰਤਨ ਆਫ ਹਾਰਮੋਨੀਅਮ, ਵਿਸਕਾਰ ਆਫ ਸਤਾਰ, ਦਿਲਰੁਬਾ, ਤਾਂਤੀ ਸਾਜ ਵੀ, ਟੂ ਪ੍ਰਜ਼ਰਵ ਦ ਹਿਸਟਰੀ, ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਯੂ ਸ਼ੁੱਡ ਡੂ ਕੀਰਤਨ ਵਿਦ ਸਰੰਦਾ, ਸੋ ਟੂ ਪ੍ਰਜ਼ਰਵ ਦ ਹਿਸਟਰੀ ਐਂਡ ਆਲਸੋ ਮੇਨਟੇਨ ਦ ਕੁਆਲਿਟੀ, ਐਂਡ ਵਿਦ ਸਤਿਗੁਰੂ ਜੀ ਮੇਰ ਇਜ਼ ਗੋਇੰਗ ਵੈਰੀ ਵੈਰੀ ਵੈਲ। So we've got the Punjabi school, we've got the Kirtan classes, we have the weekly Simrans that we do Amrit Vele from 6:30 till 8 o'clock, and we've had Jistana
TC Saab has mentioned, we had the privilege of having Gyani Pindrapal Singh Ji Pant Mahan Kathavachik, and they came to us about 2.5 years ago. And mere naal bachan kar gaye si bete tusi eh seva arambh karo shuru karo sangatan nu jodo. And since that day we have tried 1 week dasada jatha di seva, the other week apne hor jatha sada naujawan they do the seva. And jithe eh seva chaldiyan, we have the bujurgs, we have the apne classes for obviously sakhlai apa karde haan bibiya de jehde kirtan diyan dholki sikhaun diyan classan, and also the bibiya satsang, which has made a big effect not just here jithe sanu shauk hai for our guru ghar. We all like to migrate with all the guru ghars in Coventry as our own guru ghars. Apa ral mil ke sari koshish kirdi seva karne do, and also we try our best jehde vi kirtaniye o ja mahan pant prasidh kathavachak on apa. We all try Ramguri Gurdwara Sahib or Nal de Gurdwara Karache apa onon lai ke seva kariye ta karke dharm da prachar ho sake. Ta main itna kinda hoya fateh bulanda ha ta bahut bahut dhanwad sarya da. Vaheguru ji ka khalsa, Vaheguru ji ki fateh. ਮੈਂ ਹੁਣ ਇੱਕ ਮਹਾਨ ਸ਼ਖਸੀਅਤ ਮੈਂ ਕਹੂੰਗਾ ਸਰਦਾਰ ਹਰਭਜਨ ਸਿੰਘ ਜੀ ਬਾਂਸਲ, ਜਿਹੜੇ ਕਿ ਟਰੱਸਟ ਦੇ ਇੱਥੋਂ ਦੇ ਚੇਅਰਮੈਨ ਨੇ. ਪਰ ਇਹਨਾਂ ਦੇ ਨਾਲ ਨਾਲ ਇਹਨਾਂ ਦੀ ਸ਼ਖਸੀਅਤ ਵਿੱਚ ਇੱਕ ਖਾਸ ਗੁਣ ਹੈ ਕਿ ਜੋ ਇਹ ਕੀਰਤਨ ਕਰਦੇ ਨੇ, ਜੋ ਸੇਵਾ ਕਰਦੇ ਨੇ, ਨਾ ਕੇਵਲ ਇਸ ਗੁਰਦੁਆਰੇ ਵਾਸਤੇ ਸਗੋਂ ਜਿਸ ਗੁਰਦੁਆਰੇ ਦੀ ਸੇਵਾ ਸਾਨੂੰ ਪ੍ਰਾਪਤ ਹੋਈ ਹੈ 11 ਸਾਲ, ਇਹਨਾਂ ਨੇ ਉੱਥੇ ਵੀ ਬਹੁਤ ਜ਼ਿਆਦਾ ਸਾਡਾ ਸਹਿਯੋਗ ਦਿੱਤਾ. ਸਾਡੇ ਸਰਬ ਸਾਂਝੇ 'ਤੇ ਬਹੁਤ ਪਿਆਰੇ ਨੇ. ਬਾਂਸਲ ਸਾਹਿਬ, ਕੀ ਕਹੋਗੇ ਅੱਜ ਦੇ ਦਿਨ 'ਤੇ ਅਕਾਲ ਚੈਨਲ ਦੇ ਦਰਸ਼ਕਾਂ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਪਹਿਲੇ ਤਾਂ ਮੈਂ ਅਕਾਲ ਚੈਨਲ ਦਾ ਅਤੇ ਸੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਅਲੀਕਿਆ. ਅਤੇ ਦੂਸਰੇ ਮੈਂ ਇਹ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਕਿ ਜੇ ਗੁਰਦੁਆਰੇ ਦੀ ਜਿਹੜੀ ਆਰੰਭਤਾ, ਉਹ ਤਕਰੀਬਨ ਮੈਂ ਇੱਥੇ ਆਇਆ ਹੈਗਾ 1960 ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਹੀ ਆਰੰਭਤਾ ਹੋ ਚੁੱਕੀ ਸੀ. ਇਹ 25 ਆਦਮੀ ਆਪਣੇ ਹੁੰਦੇ ਸੀਗੇ ਗੁਰਸਿੱਖ, ਅਤੇ ਉਹ ਘਰਾਂ ਦੇ ਵਿੱਚ ਹਰ ਐਤਵਾਰ ਨੂੰ ਵੀਕਐਂਡ 'ਤੇ ਪ੍ਰੋਗਰਾਮ ਆਪ ਕਰਦੇ ਹੁੰਦੇ ਸੀ, ਥੋੜ੍ਹਾ ਜਿਹਾ ਪਾਠ ਕਰਕੇ ਅਤੇ ਪ੍ਰਸ਼ਾਦ ਕਰਕੇ ਬਣਾ ਕੇ ਅਰਦਾਸ ਕਰਕੇ ਅਤੇ ਭੋਗ ਲਾ ਕੇ ਤਾਂ ਆਪਣਾ ਬੈਠ ਕੇ ਨਾਲੇ ਥੋੜ੍ਹਾ ਜਿਹਾ ਗੱਲਾਂ ਬਾਤਾਂ ਕਰ ਲੈਂਦੇ ਸੀ, ਗੁਰੂ ਅੱਗੇ ਅਰਦਾਸ ਕਰ ਲੈਂਦੇ ਸੀ. ਆਰੰਭ ਤਾਂ ਉਦੋਂ ਦੀ ਹੋਈ ਹੈ. ਉਸ ਤੋਂ ਬਾਅਦ ਤਕਰੀਬਨ 64 ਦੇ ਵਿੱਚ ਹੀ ਇਹ ਜਗ੍ਹਾ ਲਈ ਸਾਡੇ ਭਾਈ ਸਾਹਿਬ ਜੀ, ਬੜੇ ਭਾਈ ਜੀ ਸੰਤੋਖ ਸਿੰਘ ਜੀ ਬਾਂਸਲ, ਸੋਹਣ ਸਿੰਘ ਜੀ ਬਾਂਸਲ. ਇਹ ਉਦੋਂ ਦੀ ਕਾਫੀ ਇਹ ਇਹਨਾਂ ਨੂੰ ਚਾਅ ਸੀ, ਉਤਸ਼ਾਹ ਸੀਗਾ. ਇਹਨਾਂ ਨੇ ਇਹ ਆਰੰਭਤਾ ਕੀਤੀ ਸੀ. ਇਹ ਜਗ੍ਹਾ ਵੀ ਉਹਨਾਂ ਨੇ ਲਈ ਸੀ ਸਾਰੇ ਕਮਿਊਨਿਟੀ ਨੂੰ ਇਕੱਠੇ ਕਰਕੇ. ਉਸ ਤੋਂ ਬਾਅਦ ਫਿਰ ਇਹਦੇ 'ਤੇ ਜੋ ਪਹਿਲੇ 'ਤੇ ਇਸ ਦੀ ਐਕਸਟੈਂਸ਼ਨ ਕੀਤੀ, ਉੱਪਰੋਂ ਹੌਲ ਬਣਾਇਆ, ਫਿਰ ਥੋੜ੍ਹਾ ਚਿਰ ਅਸੀਂ ਪ੍ਰੋਗਰਾਮ ਕਰਦੇ ਰਹੇ. ਉਸ ਤੋਂ ਬਾਅਦ ਫਿਰ ਇਹ ਜੋ ਪਿੱਛੇ ਹੈ ਐਕਸਟੈਂਸ਼ਨ ਦੀ ਗੁਰਦੁਆਰੇ ਸਾਹਿਬ ਦੀ, ਪੁਰਾਣਾ ਢਾ ਕੇ ਨਵਾਂ ਹੌਲ ਬਣਾਇਆ. ਉਸ ਤੋਂ ਬਾਅਦ ਆਪ ਨੂੰ ਦੱਸ ਹੀ ਦਿੱਤਾ ਹੈ, ਇਸ ਦੇ ਵਿੱਚ ਪ੍ਰੋਗਰਾਮ ਤਰ੍ਹਾਂ ਤਰ੍ਹਾਂ ਦੇ ਚੱਲ ਰਹੇ ਹਨ. ਉਦੋਂ ਦੀਆਂ ਸੇਵਾਵਾਂ ਚੱਲ ਰਹੀਆਂ ਹਨ, ਬੱਚਿਆਂ ਦੀ ਪੜ੍ਹਾਈ, ਕਾਲਜ, ਮਿਊਜ਼ਿਕ ਕਲਾਸਾਂ. ਸੋ ਇਹ ਉਦੋਂ ਦਾ ਚੱਲ ਰਿਹਾ. ਹੁਣ ਗਾਹਾਂ ਕਮਿਊਨਿਟੀ ਸੈਂਟਰ ਆਪਣੇ ਕੋਲ ਹੈ, ਉਹਦੇ 'ਤੇ ਵੀ ਥੋੜ੍ਹਾ ਜਿਹਾ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹ 'ਤੇ ਹੋਰ ਬੱਚਿਆਂ ਵਾਸਤੇ ਕੋਈ ਤਰੱਕੀ ਕੀਤੀ ਜਾਵੇ. ਸੋ ਅੱਗੇ ਵਾਸਤੇ ਗਾਹਾਂ 'ਤੇ ਗਾਹਾਂ ਕੋਈ ਨਾ ਕੋਈ ਕੰਮ ਸ਼ੁਰੂ ਹੋਇਆ ਹੀ ਰਹਿੰਦਾ ਹੈ. ਸੋ ਇਹ ਸੰਗਤਾਂ ਦੇ ਸਹਿਯੋਗ ਨਾਲ ਇਹ ਸਾਰਾ ਹੋ ਰਿਹਾ ਹੈ. ਅਰਦਾਸ ਆਪ ਅਕਾਲ ਚੈਨਲ ਦਾ, ਢੇਸੀ ਸਾਹਿਬ ਜੀ ਦਾ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ. ਰਾਮਗੜੀਆ ਕਮਿਊਨਿਟੀ ਕਾਲਜ ਦੇ ਆਪਣੇ ਸਟਾਫ ਦੇ ਨਾਲ ਅਤੇ ਬੱਚਿਆਂ ਦੇ ਨਾਲ ਹਾਂ ਜੀ. ਅਤੇ ਮੈਂ ਮਾਨਯੋਗ ਸਵਰਨ ਸਿੰਘ ਜੀ ਪਨੇਸਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਥੋੜ੍ਹੀ ਜਿਹੀ ਇੰਟਰੋਡਕਸ਼ਨ ਦੇ ਦੇਣ ਕਿ ਕਦੋਂ ਤੋਂ ਇਹ ਸੇਵਾਵਾਂ ਚੱਲ ਰਹੀਆਂ ਅਤੇ ਅੱਗੇ ਇਹਨਾਂ ਨੇ ਇਹਦੇ ਵਿੱਚ ਕੀ ਹੋਰ ਸੋਧਾਂ ਕਰਨੀਆਂ ਨੇ, ਕਿਵੇਂ ਇਹਨੂੰ ਹੋਰ ਐਕਸਟੈਂਡ ਕਰਨਾ ਹੈ ਜੀ? ਮੈਂ ਕਮਿਊਨਿਟੀ ਕਾਲਜ ਦੇ ਸਟਾਫ, ਵਿਦਿਆਰਥੀਆਂ ਵੱਲੋਂ ਅਕਾਲ ਚੈਨਲ ਦੇ ਪ੍ਰਜੈਂਟਰ ਸਾਹਿਬ ਅਤੇ ਉਹਨਾਂ ਦੀ ਸਮੂਹ ਟੀਮ ਨੂੰ ਜੀਆਂ ਰੱਖਦਾ ਹਾਂ. ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਇਸ ਗੁਰਦੁਆਰਾ ਦਰਸ਼ਨ ਦੇ ਪ੍ਰੋਗਰਾਮ ਰਾਹੀਂ ਸਮੂਹ ਸੰਗਤ ਨੂੰ ਗੁਰੂ ਘਰ ਦੇ ਵਿੱਚ ਜੋ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ
ਪੜ੍ਹਾਉਣ ਦੇ ਉੱਪਰ ਦਿਖਾ ਰਹੇ ਹਾਂ। ਸਾਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ, ਉਮੀਦ ਹੈ ਕਿ ਬਾਕੀ ਦੇ ਗੁਰੂ ਘਰ ਵੀ ਆਪਣੇ ਯੋਗ ਬੱਚਿਆਂ ਨੂੰ ਜੋ ਸਾਡੀ ਹੋਣ ਵਾਲੀ ਪਨੀਰੀ ਹੈ ਜਿਨ੍ਹਾਂ ਨੇ ਅੱਗੇ ਆ ਕੇ ਗੁਰੂ ਘਰ ਅਤੇ ਦੇਸ਼ ਧਰਮ ਅਤੇ ਕੌਮ ਦੀਆਂ ਸੇਵਾਵਾਂ ਨੂੰ ਸਾਂਭਣੀਆਂ ਹਨ, ਉਹਨਾਂ ਨੂੰ ਆਪਣੀ ਮਾਂ ਬੋਲੀ ਅਤੇ ਆਪਣੇ ਸਿੱਖ ਧਰਮ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ। ਇਹਨਾਂ ਗੱਲਾਂ ਨੂੰ ਪੂਰੀਆਂ ਕਰਨ ਲਈ ਜਦੋਂ ਤੋਂ ਇਹ ਗੁਰੂ ਘਰ ਸਥਾਪਿਤ ਹੋਇਆ ਹੈ ਉਦੋਂ ਤੋਂ ਹੀ 1960 ਤੋਂ ਇਸ ਕਾਲਜ ਦੇ ਵਿੱਚ ਮਾਂ ਬੋਲੀ ਪੜ੍ਹਾਈ ਜਾ ਰਹੀ ਹੈ। 1992 ਤੋਂ ਇਸ ਵਿੱਦਿਆ ਨੂੰ ਉੱਚੇ ਪੱਧਰ 'ਤੇ ਬਣਾਉਣ ਲਈ ਰਾਮਗੜੀਆ ਕਮਿਊਨਿਟੀ ਕਾਲਜ ਦੀ ਹੋਂਦ ਕੀਤੀ ਗਈ ਸੀ। ਇਹ ਇਮਾਰਤ ਵੀ ਉਸ ਵੇਲੇ ਬਣਾਈ ਗਈ ਸੀ ਜਿਸ ਦੇ ਵਿੱਚ ਬੱਚਿਆਂ ਨੂੰ ਬੇਸਿਕ ਪੰਜਾਬੀ ਤੋਂ ਲੈ ਕੇ GCSE ਪੰਜਾਬੀ ਅਤੇ ਐਡਵਾਂਸ ਲੈਵਲ ਪੰਜਾਬੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਿੱਖ ਸਟੱਡੀ ਦੇ AS ਲੈਵਲ ਵੀ ਪੜ੍ਹਾਏ ਗਏ ਹਨ। ਬੱਚਿਆਂ ਨੂੰ ਕੀਰਤਨ ਦੀ ਵਿੱਦਿਆ ਦੇਣ ਲਈ ਤਬਲਾ, ਸਤਾਰ, ਹਾਰਮੋਨੀਅਮ ਅਤੇ ਤੰਤੀ ਸਾਜ਼ਾਂ ਦੇ ਆਧਾਰ ਤੋਂ ਉੱਪਰ ਅਤੇ ਗੁਰਬਾਣੀ ਦੇ ਰਾਗਾਂ ਅਨੁਸਾਰ ਬੱਚਿਆਂ ਨੂੰ ਮੈਂ ਸੈਕੰਡਰੀ ਸਕੂਲ 'ਚ 30 ਸਾਲ ਪੜ੍ਹਾਇਆ ਇਸ ਮੁਲਕ ਦੇ ਵਿੱਚ। ਇੱਥੇ ਮੈਂ 1974 ਦਾ ਪੜ੍ਹਾਉਂਦਾ ਪੰਜਾਬੀ। ਸਾਡੇ ਕੋਲ 300 ਤਾਈਂ ਬੱਚਾ ਰਿਹਾ, ਹੁਣ ਤਾਂ ਬੱਚੇ ਜਿਹੜੇ ਹੋਲੀਡੇ ਮੂਡ 'ਚ ਆ ਬਹੁਤ ਥੋੜ੍ਹੀ ਤਾਦਾਦ ਆ। ਇਸ ਵੇਲੇ ਸਾਡੇ ਕੋਲ ਬੱਚੇ ਬਹੁਤ ਸੀਗੇ, ਏ ਲੈਵਲ, ਏ ਗ੍ਰੇਡਸ, ਬੀ ਗ੍ਰੇਡਸ, ਸੀ ਗ੍ਰੇਡਸ ਆ ਸਾਡੇ ਬੱਚਿਆਂ ਦੇ। ਸਿੱਖ ਸਟੱਡੀਜ਼ ਵੀ ਮੈਂ ਪੜ੍ਹਾਉਂਦਾ ਰਿਹਾ, ਹਾਂਜੀ। ਤਾਂ ਹੁਣ ਤਾਂ ਬੱਚੇ ਬਹੁਤ, ਜਿੱਦਾਂ ਹੋਲੀਡੇ ਮੂਡ 'ਚ ਆ ਨਾ, ਥੋੜ੍ਹੇ ਬੱਚੇ ਇੱਥੇ ਆਉਂਦੇ ਆ। ਹਰ ਸਾਲ 250-300 ਬੱਚਾ ਸਾਡੇ ਹਨ। ਮਲਕੀਤ ਸਿੰਘ ਜੀ ਜੰਡੂ, ਜਿਹੜੇ ਕਿ ਰਾਮਗੜੀਆ ਗੁਰਦੁਆਰਾ ਕਾਵੰਟਰੀ ਦੇ ਟਰੱਸਟੀ ਹਨ, ਹੁਣ ਅਸੀਂ ਉਹਨਾਂ ਨਾਲ ਬਰੀਫਿੰਗ ਲਵਾਂਗੇ ਵੀ ਕਦੋਂ ਤੋਂ ਇੱਥੇ ਸੇਵਾ ਕਰ ਰਹੇ ਨੇ, ਕਿੰਨਾ ਕੁ ਜਾਣਦੇ ਨੇ ਇਸ ਗੁਰਦੁਆਰਾ ਸਾਹਿਬ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੁੰਦੇ? ਇਸ ਗੁਰਦੁਆਰਾ ਸਾਹਿਬ ਦੀ ਸੇਵਾ ਅਸੀਂ 1950 ਤੋਂ ਚੱਲਦੀ ਹੈਗੀ ਹੈ, ਅਤੇ ਸਾਡੇ ਮਾਸਟਰ ਸਵਰਨ ਸਿੰਘ ਹੋਣੀ ਉਦੋਂ ਦੀ ਸੇਵਾ ਇੱਥੇ ਕਰਾਉਂਦੇ, ਬਹੁਤ ਵਧੀਆ ਚੱਲਦਾ। ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਸਾਡਾ ਜਿਹੜੇ ਨਾ ਕਲਾਸਰੂਮ ਸਾਡੇ ਬਹੁਤ ਛੋਟੇ ਆ, ਅਸੀਂ ਕੋਸ਼ਿਸ਼ ਕਰਦੇ ਸਾਡੇ ਕਮਿਊਨਿਟੀ ਸੈਂਟਰ ਵਿੱਚ ਅਸੀਂ ਨਾ ਵੱਡਾ ਕਮਿਊਨਿਟੀ ਸੈਂਟਰ ਨੂੰ ਵੱਡਾ ਕਰਕੇ ਉੱਥੇ ਕੁਛ ਰੂਮ ਅਸੀਂ ਬਣਾਉਣਾ ਚਾਹੁੰਦੇ ਹਾਂ, ਜਿੱਦਾਂ ਸਾਧ ਸੰਗਤ ਪਾਸ ਕਰੂਗੀ ਅਸੀਂ, ਸਾਡੀ ਕੋਸ਼ਿਸ਼ ਇਹ ਆ। ਬਾਕੀ ਸਾਡਾ ਚੈਨਲ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਰਾਮਗੜੀਆ ਗੁਰਦੁਆਰੇ ਕਮਿਊਨਿਟੀ ਵਿਖੇ ਉਲੀਕਿਆ ਹੈ। ਰਾਮਗੜੀਆ ਗੁਰਦੁਆਰਾ 1962 ਵਿੱਚ ਸੰਸਥਾ ਸ਼ੁਰੂ ਹੋਈ, ਉਦੋਂ ਤੋਂ ਗੁਰੂ ਘਰ ਦੀ ਸੇਵਾ ਸ਼ੁਰੂ ਕੀਤੀ। ਕੁਝ ਲੋਕ ਅਫਰੀਕਾ ਤੋਂ ਆਏ ਸਨ ਜਿਨ੍ਹਾਂ ਨੇ ਮਹਿਸੂਸ ਕੀਤਾ ਕਿ ਰਾਮਗੜੀਆ ਗੁਰਦੁਆਰਾ ਬਣਾਇਆ ਜਾਵੇ, ਸੋ ਦਾਸ ਨੂੰ 71 ਦੀ ਸੇਵਾ ਮਿਲੀ। 1964 ਵਿੱਚ ਇਹ ਗੁਰੂ ਘਰ ਦੀ ਜਗ੍ਹਾ ਲਈ ਗਈ। ਇੱਥੇ ਇੱਕ ਮਕਾਨ ਸੀ ਜਿਸ ਨਾਲ ਕੁਛ ਜਗ੍ਹਾ ਸੀ, ਹੌਲੀ ਹੌਲੀ ਗੁਰੂ ਘਰ ਨੂੰ ਵਧਾਇਆ ਗਿਆ, ਹਾਲ ਨੂੰ ਵੱਡਾ ਕੀਤਾ ਗਿਆ ਔਰ 1998 ਵਿੱਚ ਪਿੱਛੇ ਇੱਕ ਵੱਡਾ ਹਾਲ ਬਣਾਇਆ ਗਿਆ। ਨਾਲ ਦੇ ਮਕਾਨ ਵੀ ਖਰੀਦੇ ਗਏ ਜਿੱਥੇ ਕਿ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ। 1972 ਵਿੱਚ ਲਾਇਬ੍ਰੇਰੀ ਬਣਾਉਣ ਦਾ ਖਿਆਲ ਕੀਤਾ ਗਿਆ ਕਿ ਬਈ ਸਭ ਗੁਰੂ ਘਰ ਵਿੱਚ ਧਾਰਮਿਕ ਲਾਇਬ੍ਰੇਰੀ ਬਣਾਈ ਜਾਵੇ। ਸੋ ਉਸ ਸਮੇਂ ਦੀ
कमेटी ने लाइब्रेरी बनाने का प्रबंध किया। कमेटी विच ये पास होया कि लाइब्रेरी का नाम गुरु गोबिंद सिंह लाइब्रेरी रखा जाए। सो उस समय तो 1972 तो गुरु घर विच लाइब्रेरी कायम है और इस लाइब्रेरी विच धार्मिक किताबा और गुरु इतिहास दीआं किताबा सिख इतिहास दीआं किताबा आम पब्लिक नूं दित्तियां जांदियां हन जिहड़े कि आम लोग गुरु घर दे इतिहास तों और गुरु सिख इतिहास तों जाणू हुंदे हन। सो आप जी का बहुत बहुत धन्यवाद है कि आप जी ने यह सत्कारयोग सतसंग जी। वाहिगुरु जी का खालसा वाहिगुरु जी की फतेह। अज अकाल चैनल रामगढ़िया गुरु घर विखे आए हैं सारिआं नूं जी आया जी। साडे पास महान शिक्षित हन जिन्होंने गुरु घर की समय समय सिर बड़े उच्चे पद्धर से सेवा की है। साडे नाल हन सरदार हजूरा सिंह जी पूई जो गुरु घर के प्रधान रह चुके हैं। उन्हां तों बाद साडे लाबरिंट साहब जंडू साहब हैं, उन्हां तों उपरंत सरदार गुरदेव सिंह जी कलसी, उन तों बाद सरदार मेल सिंह जी बंसल, सारे ही यह साहिबान प्रधाना साहब की सेवा की है। हुण मैं बेनती करा सरदार हजूरा सिंह जी पूई पास उस संगतां दे दर्शन करन। वाहिगुरु जी का खालसा वाहिगुरू जी का ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਨੂੰ ਬੜਾ ਇਸ ਚੀਜ਼ 'ਤੇ ਮਾਣ ਹੈ ਕਿ ਕੱਲ੍ਹ ਜਿਹੜੀ ਆਪਣੀ ਚੈਨਲ ਹੈ ਸਾਡੇ ਗੁਰਦੁਆਰਾ ਸਾਹਿਬ ਵਿਖੇ ਆਈ ਹੈ। ਇੱਥੇ ਇਹਨਾਂ ਨੇ ਅੱਜ ਰਿਕਾਰਡ ਕਰਨਾ ਹੈ ਕਿ ਇੱਥੇ ਦੇ ਕੀ ਕੰਮ ਕਾਰ ਚੱਲਦੇ ਨੇ। ਆਪ ਸੰਗਤ ਨੂੰ ਕਾਫੀ ਪਤਾ ਹੈ, ਪਰੰਤੂ ਥੋੜ੍ਹਾ ਜਿਹਾ ਸੰਖੇਪ ਵਿੱਚ ਮੈਂ ਦੱਸ ਦਿੰਦਾ ਕਿ ਇੱਥੇ ਸਵੇਰੇ 3 ਵਜੇ ਪ੍ਰਕਾਸ਼ ਹੁੰਦਾ ਹੈ ਅਤੇ ਸਵੇਰ ਨੂੰ ਅਸਰੀਵਾਰ ਬਾਅਦ ਵਿੱਚ ਕੀਰਤਨ ਹੁੰਦਾ ਹੈ। 8 ਵਜੇ ਭੋਗ ਪੈਂਦਾ ਹੈ ਅਤੇ ਇਸਤਰੀ ਸੰਘ ਦੇ ਕੀਰਤਨ ਹੁੰਦਾ ਹੈ ਹਰ ਵੇਲੇ ਮੰਗਲਵਾਰ ਵਾਲੇ ਦਿਨ। ਇਸੇ ਤਰ੍ਹਾਂ ਕਲਾਸਾਂ ਲੱਗਦੀਆਂ ਨੇ ਸਕੂਲ ਦੀਆਂ ਅਤੇ ਕੀਰਤਨ ਦੀਆਂ ਅਤੇ ਹੋਰ ਵੀ ਸਾਜ਼ ਸਿੱਖਣ ਦੀਆਂ ਕਲਾਸਾਂ ਲੱਗਦੀਆਂ ਨੇ। ਅਤੇ ਵੱਡੀ ਲਾਇਬ੍ਰੇਰੀ ਕਾਫੀ ਵੱਡੀ ਹੈ ਜੋ 1972 ਦੇ ਵਿੱਚ ਸਥਾਪਿਤ ਹੋਈ ਸੀ। ਪਹਿਲੇ ਲਾਇਬ੍ਰੇਰੀਅਨ ਸਰਦਾਰ ਅਮਰੀਕ ਸਿੰਘ ਜੀ ਪਰਿਸਰ ਸਨ। ਉਸ ਤੋਂ ਬਾਅਦ ਕਈ ਸੱਜਣ ਇਸ ਸੇਵਾ ਵਿੱਚ ਆਏ ਅਤੇ ਇਸੇ ਤਰ੍ਹਾਂ ਗੁਰਦੁਆਰੇ ਦੀ ਐਕਸਟੈਂਸ਼ਨ ਹੋਈ, ਪਿੱਛੇ ਹਾਲ ਬਣਿਆ, ਕਮਿਊਨਿਟੀ ਸੈਂਟਰ ਬਣਿਆ। ਇਹ ਗੁਰਦੁਆਰੇ ਦੇ ਨਾਲ ਸਾਰੀਆਂ ਹੀ ਚੀਜ਼ਾਂ ਜੋ ਵੀ ਬਣਿਆ ਹੈ, ਬੜੀ ਕਿਰਪਾ ਸਾਧ ਸੰਗਤ ਦੀ ਹਰ ਕਿਰਪਾ ਦੇ ਨਾਲ, ਸਾਧ ਸੰਗਤ ਦੇ ਸਹਿਯੋਗ ਨਾਲ ਬਣਿਆ ਹੈ। ਸੋ ਇਸੇ ਤਰ੍ਹਾਂ ਹੀ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਸਿੱਖ ਯੂਨੀਅਨ ਜੋ ਹੈ ਉਹਨੇ ਇਹ ਜੋ ਅਵਾਰਡ ਪ੍ਰਾਪਤ ਕੀਤਾ ਹੈ ਨੀਂਦ ਕੀਨ ਦੇ ਕੋਲੋਂ, ਇਹਦਾ ਮੈਂ ਪੜ੍ਹਿਆ ਸੀ ਕਿ ਬਹੁਤ ਬਹੁਤ ਉੱਚ ਪੱਧਰ ਦੀ ਗੱਲ ਹੈ। ਉਹਨਾਂ ਦੇ ਕਾਫੀ ਕਾਮਯਾਬੀ ਹੈ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਕਰਨ ਦਾ ਕਿ ਉਹ ਹੋਕੀ ਖੇਡਦੇ ਨੇ ਅਤੇ ਹੋਰ ਵੀ ਸੇਵਾਵਾਂ ਕਰਦੇ ਨੇ, ਪੈਸੇ ਇਕੱਠੇ ਕਰਕੇ ਅਫਰੀਕਾ ਦੇ ਵਿੱਚ ਵੀ ਜਾ ਕੇ, ਬਾਹਰ ਦੇਸ਼ਾਂ ਵਿੱਚ ਜਾ ਕੇ ਵੀ ਇਹ ਸੇਵਾ ਕਰਦੇ ਨੇ। ਇਸ ਕਰਕੇ ਉਹਨਾਂ ਦੇ ਨਾਲ ਗੁਰਦੁਆਰੇ ਦਾ ਨਾਮ ਆਪਾਂ ਵਾਟਰ ਬੋ ਪ੍ਰੋਜੈਕਟਸ ਕਰੀਏ। ਪਾਣੀ ਦੇ ਉੱਥੇ ਬਹੁਤ ਘਾਟ ਆ, ਪਾਣੀ ਬਹੁਤ ਨੀਚੇ ਗਿਆ ਆ, ਤਾਂ ਆਪਾਂ ਉਹਨਾਂ ਲਈ ਬੋਰ ਕਰਾਇਆ। ਬੋਰ ਵੀ ਕਰਾਇਆ ਸੀ ਆਪਾਂ ਇੱਕ ਆਪਣਾ ਗੁਰੂ ਘਰ ਬਹੁਤ ਪੁਰਾਣਾ 1900s ਦਾ ਮਕਿੰਡੋ ਦੇ ਲਾਗੇ, ਥਾਂ ਦਾ ਨਾਮ ਸੀ ਕੁਆਲੂਮਾ। ਉੱਥੇ 3000 ਜਿਹੜੇ ਬੰਦੇ ਰਹਿੰਦੇ ਨੇ ਉਹਨਾਂ ਨੂੰ ਇਹ ਫੈਸਿਲਿਟੀ ਮਿਲੀ ਆ। ਫਿਰ ਤੀ ਮੈਂ ਕਹਿੰਦਾ ਇਹ ਜਿਹੜੀ ਫੈਸਿਲਿਟੀ ਉਹਨਾਂ ਨੂੰ ਮਿਲਦੀ ਆ, ਜਿਹੜੀ ਆਪਣੀ ਕੋਵੈਂਟਰੀ ਦੀਆਂ ਸੰਗਤਾਂ, ਗੁਰੂ ਘਰ ਆ, ਬਿਜ਼ਨਸ ਕਮਿਊਨਿਟੀ, ਉਹਨਾਂ ਦੇ ਸਹਾਰੇ ਨਾਲ ਹੁੰਦੀ ਆ। ਅੱਛਾ, ਇਹ ਸੇਵਾ ਅਸੀਂ ਕਰਦੇ ਹੋਏ ਮਹਾਰਾਜ ਨੇ ਜਿੱਦਾਂ ਆਪਾਂ ਦੱਸਿਆ ਕਿ ਸਰਬੱਤ ਦਾ ਭਲਾ ਕਰਨਾ, ਹੁਣ ਸਾਨੂੰ ਇਹ ਇੰਨੀ ਮਾਣ ਆ ਕਿ ਜਿਹੜੀ ਸਾਨੂੰ ਕੁਈਨ ਐਲਿਜ਼ਾਬੈਥ ਜਿਹੜੀ ਇੰਗਲੈਂਡ ਦੀ ਕੁਈਨ ਆ ਉਹਨਾਂ ਨੇ ਰੈਕਗਨਾਈਜ਼ ਕੀਤਾ ਵਿਦ ਦ ਕੁਈਨਸ ਅਵਾਰਡ ਫੋਰ ਵੋਲੰਟਰੀ ਸਰਵਿਸ, ਸਿੱਖ ਯੂਨੀਅਨ ਕੋਵੈਂਟਰੀ ਨੂੰ ਮਿਲਿਆ। ਇਹ ਹੁੰਦੀ ਆ MBE ਇਕੁਇਵਲੈਂਟ, ਮੈਂਬਰ ਆਫ ਦ ਬ੍ਰਿਟਿਸ਼ ਐਮਪਾਇਰ। ਤਾਂ ਅਸੀਂ ਇਹ ਐਕਸੈਪਟ ਤਾਂ ਕੀਤਾ ਕਿ ਇਹ ਜਿਹੜਾ ਐਕਸੈਪਟ ਅਵਾਰਡ ਆ ਅਸੀਂ ਕਮਿਊਨਿਟੀ ਦੇ ਤੌਰ 'ਤੇ ਐਕਸੈਪਟ ਕੀਤਾ, ਕਰਕੇ ਉਹਨਾਂ ਦੀ ਜਿਹੜੀ ਦੇਣ ਆ ਨਾ, ਜਿਹੜੇ ਅਸੀਂ ਪ੍ਰੋਜੈਕਟ ਕਰ ਲਈਦੇ ਆ ਤਾਂ ਹੀ ਉਹ ਸਫਲ ਹੁੰਦੇ ਆ।
ਜਿਹੜੀ ਵੀ ਅਸੀਂ ਕੰਟਰੀਬਿਊਸ਼ਨ ਇਕੱਠੀ ਕਰੀ ਦੀ ਆ ਸੰਗਤ ਦੀ, ਜਿਹੜੇ ਸਾਡੇ ਪ੍ਰੋਜੈਕਟਸ ਲੋਕਲ ਜਾਂ ਜਿਹੜੇ ਇੰਟਰਨੈਸ਼ਨਲ ਹੁੰਦੇ ਆ, ਉਹਦੇ ਐਕਸਪੈਂਸਿਸ ਜਿਹੜੇ ਹੁੰਦੇ ਆ ਉਹ ਸਾਰੇ ਅਸੀਂ ਆਪ ਪਰਸਨਲੀ ਖਰਚੀਦੇ ਆ। ਤਾਂ ਇੱਦਾਂ ਹੁੰਦਾ ਜਿਹੜੇ ਵੀ ਅਸੀਂ ਕਲੈਕਸ਼ਨ ਕਰੀ ਦੀ ਆ ਫੰਡਸ, ਉਹ ਕੈਂਪਸ 'ਤੇ ਲੱਗੇ, ਅਬਰੋਡ ਕੈਂਪਸ 'ਤੇ, ਇੱਥੇ ਦੀ ਵੀ ਸੇਵਾ। ਇੰਨਾ ਕਹਿੰਦਾ ਹੋਇਆ ਅਕਾਲ ਚੰਨਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਨੇ ਕਿ ਜਿਹਨਾਂ ਨੇ ਸਾਨੂੰ ਇਹ ਚਾਂਸ ਦਿੱਤਾ, ਓਪਰਚੁਨਿਟੀ ਦਿੱਤੀ ਆ। ਗੁਰੂ ਘਰ ਨੂੰ ਵੀ ਬਹੁਤ ਬਹੁਤ ਥੈਂਕਸ ਕਰਦੇ ਨੇ ਜਿਹੜਾ ਹਰ ਵੇਲੇ ਸਾਨੂੰ ਸਪੋਰਟ ਕਰਦੇ ਨੇ। ਕੋਵੈਂਟਰੀ ਸਿਟੀ ਕਾਉਂਸਲ, ਜਿਹੜੀ ਕੋਵੈਂਟਰੀ ਪੁਲਿਸ ਆ, ਸਾਰੇ ਵੀ ਸੰਗਤ ਜਿਹਨਾਂ ਨੂੰ ਸਾਨੂੰ ਸਪੋਰਟ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਆਪਾਂ ਜਿਹੜੇ ਇਵੈਂਟਸ ਕਰੀਦੇ ਆ ਉਹਦੇ ਨਾਲ 2009 ਦੇ ਵਿੱਚ ਆਈ ਕੈਮ ਫਲੋਰ ਲੱਗੇ, ਉਹ ਤੋਂ ਇੰਨੀ ਲੋੜ ਸੀਗੀ ਕਿ ਅਸੀਂ ਅੱਜ ਤੱਕ ਵੀ ਇਹ ਕੈਂਪ ਲਾਉਂਦੇ ਰਹੇ। ਜਲੰਧਰ ਵਿੱਚ ਹੁਣ ਲੱਗਦਾ ਹਰ ਸਾਲ ਮਾਰਚ ਵਿੱਚ। ਤਾਂ ਫਿਰ ਸਾਨੂੰ ਹੋਰ ਰਿਕੁਐਸਟ ਹੋਇਆ ਸੀਗਾ, ਜਿੱਥੇ ਅਸੀਂ ਕੈਨੀਆ 'ਤੇ ਬਹੁਤ ਪਾਣੀ ਦੀ ਘਾਟ ਆ ਜਿਹੜੀ ਆਪਾਂ ਇੱਥੇ ਫੋਰ ਗਰੰਟਿਡ ਲੈਂਦੇ ਨੇ। ਫਿਰ ਸਿੱਖ ਯੂਨੀਅਨ ਕੋਮਨਟਰੀ ਨੇ ਇੱਕ ਪ੍ਰੋਜੈਕਟ ਕੀਤਾ ਸੀਗਾ, ਉੱਥੇ ਦੀ ਜਿਹੜੀ ਆਪਣੀ ਸਿੱਖ ਕਮਿਊਨਿਟੀ ਨਾਲ ਰਾੜ ਕੇ ਰਾਮਗੜੀਆ ਕਮਿਊਨਿਟੀ ਕੈਨੀਆ ਕਿ ਆਪਾਂ ਵਾਟਰ ਬੋਰ ਪ੍ਰੋਜੈਕਟਸ ਕਰੀਏ। ਪਾਣੀ ਦੇ ਉੱਥੇ ਬਹੁਤ ਘਾਟ ਆ, ਪਾਣੀ ਬਹੁਤ ਨੀਚੇ ਗਿਆ ਆ, ਤਾਂ ਆਪਾਂ ਉਹਨਾਂ ਲਈ ਬੋਰ ਕਰਾਇਆ। ਬੋਰ ਵੀ ਕਰਾਇਆ ਸੀ ਆਪਾਂ ਇੱਕ ਆਪਣਾ ਗੁਰੂ ਘਰ ਬਹੁਤ ਪੁਰਾਣਾ 1900s ਦਾ ਮਕਿੰਡੋ ਦੇ ਲਾਗੇ, ਥਾਂ ਦਾ ਨਾਮ ਸੀ ਕੁਆਲੂਮਾ। ਉੱਥੇ 3000 ਜਿਹੜੇ ਬੰਦੇ ਰਹਿੰਦੇ ਨੇ ਉਹਨਾਂ ਨੂੰ ਇਹ ਫੈਸਿਲਿਟੀ ਮਿਲੀ ਆ। ਫਿਰ ਤੀ ਮੈਂ ਕਹਿੰਦਾ ਇਹ ਜਿਹੜੀ ਫੈਸਿਲਿਟੀ ਉਹਨਾਂ ਨੂੰ ਮਿਲਦੀ ਆ, ਜਿਹੜੀ ਆਪਣੀ ਕੋਵੈਂਟਰੀ ਦੀਆਂ ਸੰਗਤਾਂ, ਗੁਰੂ ਘਰ ਆ, ਬਿਜ਼ਨਸ ਕਮਿਊਨਿਟੀ, ਉਹਨਾਂ ਦੇ ਸਹਾਰੇ ਨਾਲ ਹੁੰਦੀ ਆ। ਅੱਛਾ, ਇਹ ਸੇਵਾ ਅਸੀਂ ਕਰਦੇ ਹੋਏ ਮਹਾਰਾਜ ਨੇ ਜਿੱਦਾਂ ਆਪਾਂ ਨੂੰ ਦੱਸਿਆ ਕਿ ਸਰਬੱਤ ਦਾ ਭਲਾ ਕਰਨਾ, ਹੁਣ ਸਾਨੂੰ ਇਹ ਇੰਨੀ ਮਾਣ ਆ ਕਿ ਜਿਹੜੀ ਸਾਨੂੰ ਕੁਈਨ ਐਲਿਜ਼ਾਬੈਥ, ਜਿਹੜੀ ਇੰਗਲੈਂਡ ਦੀ ਕੁਈਨ ਆ, ਉਹਨਾਂ ਨੇ ਰੈਕਗਨਾਈਜ਼ ਕੀਤਾ ਵਿਦ ਦਾ ਕੁਈਨਸ ਅਵਾਰਡ ਫੋਰ ਵੋਲੰਟਰੀ ਸਰਵਿਸ, ਸਿੱਖ ਯੂਨੀਅਨ ਕੋਵੈਂਟਰੀ ਨੂੰ ਮਿਲਿਆ। ਇਹ ਹੁੰਦੀ ਆ MBE ਇਕੁਇਵਲੈਂਟ, ਮੈਂਬਰ ਆਫ ਦਾ ਬ੍ਰਿਟਿਸ਼ ਐਮਪਾਇਰ। ਤਾਂ ਅਸੀਂ ਇਹ ਐਕਸੈਪਟ ਤਾਂ ਕੀਤਾ ਕਿ ਇਹ ਜਿਹੜਾ ਐਕਸੈਪਟ ਅਵਾਰਡ ਆ ਅਸੀਂ ਕਮਿਊਨਿਟੀ ਦੇ ਤੌਰ 'ਤੇ ਐਕਸੈਪਟ ਕੀਤਾ, ਕਰਕੇ ਉਹਨਾਂ ਦੀ ਜਿਹੜੀ ਦੇਣ ਆ ਨਾ, ਜਿਹੜੇ ਅਸੀਂ ਪ੍ਰੋਜੈਕਟ ਕਰ ਲਈਦੇ ਤਾਂ ਹੀ ਉਹ ਸਫਲ ਹੁੰਦੇ ਆ। ਜਿਹੜੀ ਵੀ ਅਸੀਂ ਕੰਟਰੀਬਿਊਸ਼ਨ ਇਕੱਠੀ ਕਰੀ ਦੀ ਆ ਸੰਗਤ ਦੀ, ਜਿਹੜੇ ਸਾਡੇ ਪ੍ਰੋਜੈਕਟਸ ਲੋਕਲ ਜਾਂ ਜਿਹੜੇ ਇੰਟਰਨੈਸ਼ਨਲ ਹੁੰਦੇ ਆ, ਉਹਦੇ ਐਕਸਪੈਂਸਿਸ ਜਿਹੜੇ ਹੁੰਦੇ ਆ ਉਹ ਸਾਰੇ ਅਸੀਂ ਆਪ ਪਰਸਨਲੀ ਖਰਚੀਦੇ ਆ। ਤਾਂ ਇੱਦਾਂ ਹੁੰਦਾ ਜਿਹੜੇ ਵੀ ਅਸੀਂ ਕਲੈਕਸ਼ਨ ਕਰੀ ਦੀ ਆ ਫੰਡਸ, ਉਹ ਕੈਂਪਸ 'ਤੇ ਲੱਗੇ, ਅਬਰੋਡ ਕੈਂਪਸ 'ਤੇ, ਇੱਥੇ ਦੀ ਵੀ ਸੇਵਾ। ਇੰਨਾ ਕਹਿੰਦਾ ਹੋਇਆ ਅਕਾਲ ਚੰਨਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਨੇ ਕਿ ਜਿਹਨਾਂ ਨੇ ਸਾਨੂੰ ਇਹ ਚਾਂਸ ਦਿੱਤਾ, ਓਪਰਚੁਨਿਟੀ ਦਿੱਤੀ ਆ। ਗੁਰੂ ਘਰ ਨੂੰ ਵੀ ਬਹੁਤ ਬਹੁਤ ਥੈਂਕਸ ਕਰਦੇ ਨੇ ਜਿਹੜਾ ਹਰ ਵੇਲੇ ਸਾਨੂੰ ਸਪੋਰਟ ਕਰਦੇ ਨੇ। ਕੋਵੈਂਟਰੀ ਸਿਟੀ ਕਾਉਂਸਲ, ਜਿਹੜੀ ਕੋਵੈਂਟਰੀ ਪੁਲਿਸ ਆ, ਸਾਰੇ ਵੀ ਸੰਗਤ ਜਿਹਨਾਂ ਨੂੰ ਸਾਨੂੰ ਸਪੋਰਟ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੀਬੀ ਜਗੀਰ ਕੌਰ ਬਿਰਦੀ ਹਾਂ, ਇਸਤਰੀ ਸੰਘ ਦੀ ਇੰਚਾਰਜ ਹਾਂ। ਮੇਰੇ ਨਾਲ ਮੇਰੀ ਭੈਣ ਬੀਬੀ ਜੀ ਹਰਜੀਤ ਕੌਰ, ਭੈਣ ਜੀ ਉਹ ਮੇਰੇ ਨਾਲ ਹੁੰਦੇ ਆ। ਅਸੀਂ ਹਰ ਮੰਗਲਵਾਰ ਸੁਖਮਨੀ ਸਾਹਿਬ ਦੇ ਪਾਠ ਕੀਰਤਨ ਵੀ ਕਰਦੇ ਹਾਂ, ਸਭ ਰਲ ਮਿਲ ਕੇ ਭੈਣਾਂ ਬੀਬੀਆਂ ਕੀਰਤਨ ਕਰਦੀਆਂ ਹੈ। ਸਾਰੇ ਜਿੰਨੇ ਗੁਰੂ ਘਰ ਦੀ ਮਾਇਆ ਆ ਸਾਰੀ ਅਸੀਂ ਗੁਰੂ ਘਰ ਨੂੰ ਹੀ ਦਿੰਦੇ ਹਾਂ। ਅਸੀਂ ਲੋਕਾਂ ਦੇ ਸੰਗਤਾਂ ਦੇ ਵਿੱਚ, ਘਰਾਂ ਦੇ ਵਿੱਚ ਵੀ ਜਾਂਦੇ ਹਾਂ, ਉੱਥੇ ਅਸੀਂ ਸੁਖਮਨੀ ਸਾਹਿਬ ਦੇ ਪਾਠ ਕਰਦੇ ਹਾਂ, ਕੀਰਤਨ ਵੀ ਕਰਦੇ ਹਾਂ। ਮੇਰੀਆਂ ਬੀਬੀਆਂ ਭੈਣਾਂ ਜਿਹੜੀਆਂ ਸੀਗੀਆਂ ਉਹ ਵੀ ਸਾਡੇ ਨਾਲ ਉਹ ਸਾਥ ਬਹੁਤ ਦਿੰਦੀਆਂ, ਇਸ ਕਰਕੇ ਅਸੀਂ ਰਲ ਮਿਲ ਕੇ ਸਾਰੇ ਕੰਮ ਕਰਦੇ ਹਾਂ। ਜਿੰਨੀ ਲੰਗਰ ਦੀ ਮਾਇਆ ਹੁੰਦੀ ਆ ਬੀਬੀਆਂ ਬਹੁਤ ਦਿੰਦੀਆਂ, ਗੁਰਪੁਰਬ ਵੀ ਕਰਦੇ ਹਾਂ, ਜੇ ਉਹਨਾਂ ਦੀ ਮਾਇਆ ਜਿੰਨੀ ਆ ਸਾਰੀ ਗੁਰੂ ਘਰ ਨੂੰ ਜਾਂਦੀ ਆ। ਤੁਮ ਕਰੋ ਦਇਆ, ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ, ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ, ਕਰੋ ਦਇਆ ਮੇਰੇ ਸਾਈਂ। ਐਸੀ ਮਤ ਦੀ ਜੇ ਮੇਰੇ ਠਾਕਰ
ਮਾਨ ਚੈਨਲ ਆਕਾਰ ਚੈਨਲ ਰਾਮਗੜੀਆ ਗੁਰਦੁਆਰਾ ਫੌਲਜ਼ਰ ਰੋਡ ਕਾਵਨਟਰੀ ਵਿਖੇ ਇਸਤਰੀ ਸਤਸੰਗ ਦੇ ਯੋਗਦਾਨ ਬਾਰੇ ਆਪਣੀ ਇਨਪੁੱਟ ਪਾ ਰਿਹਾ ਹੈ। ਅਕਾਲ ਚੈਨਲ ਵੱਲੋਂ ਗੁਰਦੁਆਰਾ ਦਰਸ਼ਨ ਦੇ ਤਹਿਤ ਇੰਗਲੈਂਡ ਦੇ ਸਾਰੇ ਗੁਰਦੁਆਰਿਆਂ ਦੇ ਹਿਸਟਰੀ ਇਤਿਹਾਸ ਅਤੇ ਗੁਰੂ ਘਰ ਦੇ ਵਿੱਚ ਸੰਗਤਾਂ ਨੂੰ ਕਿਹੜੀ ਕਿਹੜੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦਾ ਵੇਰਵਾ ਰਿਕਾਰਡ ਕਰਨ ਲਈ ਇੱਥੇ ਆਏ ਹਨ। ਮੈਂ ਅਕਾਲ ਚੈਨਲ ਦੇ ਪ੍ਰਜੈਂਟਰ ਸਰਦਾਰ ਕੁਲਵੰਤ ਸਿੰਘ ਜੀ ਢੇਸੀ ਅਤੇ ਉਹਨਾਂ ਦੇ ਸਮੂਹ ਚੈਨਲ ਦੇ ਅਧਿਕਾਰੀ ਜੋ ਇੱਥੇ ਹਨ ਉਹਨਾਂ ਨੂੰ ਗੁਰੂ ਘਰ ਆਇਆ ਜੀਆਂ ਆਖਦਾ ਹਾਂ ਅਤੇ ਉਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ। ਅਕਾਲ ਚੈਨਲ ਸਿੱਖ ਪੰਥ ਦੀ, ਸਿੱਖ ਧਰਮ ਦੀ ਅਤੇ ਸਾਡੀ ਆਉਣ ਵਾਲੀ ਜੋ ਕੌਮ ਹੈ ਉਹਦੀ ਯੋਗ ਅਗਵਾਈ ਕਰ ਰਿਹਾ ਹੈ। ਸਾਰੇ ਧਾਰਮਿਕ ਸਮਾਗਮ ਰਿਕਾਰਡ ਕਰਕੇ ਸਾਰੀਆਂ ਸੰਗਤਾਂ ਤਾਂ ਹੀ ਘਰੋਂ ਘਰ ਪਹੁੰਚਾ ਰਿਹਾ ਹੈ। ਇਸ ਤਰੀਕੇ ਨਾਲ ਪੰਥਕ ਮਸਲੇ ਜੋ ਬਹੁਤ ਹੀ ਅਹਿਮ ਮਸਲੇ ਹਨ ਉਹਨਾਂ ਦੀ ਨਿਰਪੱਖਤਾ ਨਾਲ ਸੰਗਤਾਂ ਸਾਹਮਣੇ ਪੇਸ਼ ਕਰ ਰਿਹਾ ਹੈ। ਅਸੀਂ ਉਹਨਾਂ ਦੇ ਬਹੁਤ ਹੀ ਧੰਨਵਾਦੀ ਹਾਂ। ਸਾਡੇ ਪਾਸ ਸਰਦਾਰ ਕੁਲਵੰਤ ਸਿੰਘ ਜੀ ਢੇਸੀ ਜੋ ਅਕਾਲ ਚੈਨਲ ਦੇ ਮੁੱਖ ਪ੍ਰਜੈਂਟਰ ਹਨ, ਆਪ ਬਹੁਤ ਵੱਡੇ ਵਿਦਵਾਨ ਹਨ, ਆਪ ਕ੍ਰੋਸ ਰੋਡ ਸਿੰਘ ਸਭਾ ਗੁਰਦੁਆਰਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ, ਇਸ ਤਰੀਕੇ ਨਾਲ ਸਿੱਖ ਕੌਂਸਲ ਦੇ ਵਿੱਚ ਵੀ ਗੁਰਦੁਆਰਿਆਂ ਦੀ ਅਗਵਾਈ ਕਰਦੇ ਆ ਰਹੇ ਹਨ, ਉਹਨਾਂ ਨੂੰ ਵੀ ਜੀਆਂ ਆਖਦਾ ਹਾਂ। ਸਤਿਕਾਰਯੋਗ ਸਾਧ ਸੰਗਤ ਜੀ, ਰਾਮਗੜੀਆ ਗੁਰਦੁਆਰਾ ਜੋ ਆਪਣੇ 50 ਸਾਲ ਦੀ ਗੋਲਡਨ ਜੁਬਲੀ ਮਨਾ ਚੁੱਕਾ ਹੈ, ਇਸ ਗੁਰੂ ਘਰ ਵਿਖੇ ਦੋ ਗਿਆਨੀ ਹਨ, ਸਰਦਾਰ ਭਾਈ ਸਾਹਿਬ ਭਾਈ ਸੰਤਾ ਸਿੰਘ ਜੀ, ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ। ਇਸ ਤੋਂ ਉਪਰੰਤ ਗੁਰੂ ਘਰ ਦੇ ਕੋਲ 3 ਹਾਲ ਹਨ, ਇੱਕ ਕਮਿਊਨਿਟੀ ਸੈਂਟਰ ਵੀ ਹੈ ਜਿੱਥੇ ਵਿਆਹ ਵਾਸਤੇ ਚਾਹ ਆਦਿ ਜਾਂ ਵਿਆਹ ਦੇ ਭੋਜਨ ਦਾ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਉਪਰੰਤ ਗੁਰੂ ਘਰ ਦੀਆਂ ਸੇਵਾਵਾਂ ਦੇ ਵਿੱਚ ਸਹਿਜ ਪਾਠ, ਅਖੰਡ ਪਾਠ, ਸੁਖਮਨੀ ਸਾਹਿਬ ਦੇ ਪਾਠ, ਆਨੰਦ ਕਾਰਜ ਅਤੇ ਅੰਤਿਮ ਸੰਸਕਾਰ ਜੀਆਂ ਜੋ ਧਾਰਮਿਕ ਰਸਮਾਂ ਹੁੰਦੀਆਂ ਹਨ ਉਹ ਪਰਫੋਰਮ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਗੁਰੂ ਘਰ ਵਿਖੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਪੜ੍ਹਾਉਣ ਲਈ, ਸਿੱਖ ਧਰਮ ਦੇ ਨਾਲ ਜੋੜਨ ਲਈ ਅਤੇ ਬੱਚਿਆਂ ਨੂੰ ਰਾਗਾਂ ਦੇ ਆਧਾਰ ਤੋਂ ਉੱਪਰ ਕੀਰਤਨ ਕਰਨ ਲਈ, ਤਬਲਾ, ਹਾਰਮੋਨੀਅਮ, ਸਿਤਾਰ, ਇਹੋ ਜਿਹੇ ਤੰਤੀ ਸਾਜ਼ਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਗੁਰੂ ਘਰ ਵੱਲੋਂ ਪਿਛਲੇ 30-35 ਸਾਲਾਂ ਤੋਂ ਕਮਿਊਨਿਟੀ ਕਾਲਜ ਸੇਵਾ ਕਰ ਰਿਹਾ ਹੈ। ਕਮਿਊਨਿਟੀ ਕਾਲਜ ਦੇ ਵਿੱਚ ਬੜੇ ਯੋਗ ਅਤੇ ਟ੍ਰੇਨਡ ਅਧਿਆਪਕ ਹਨ। ਇਸੇ ਤਰੀਕੇ ਨਾਲ ਮਿਊਜ਼ਿਕ ਦੀਆਂ ਕਲਾਸਾਂ ਦੇ ਵਿੱਚ ਵੀ ਬੜੇ ਵਿਦਵਾਨ ਅਧਿਆਪਕ ਸਾਡੇ ਪਾਸ ਹਨ। ਸੰਗਤਾਂ ਦੀ ਕਾਰ ਪਾਰਕਿੰਗ ਦੀ ਸਮੱਸਿਆ ਨੂੰ ਮੁੱਖ ਰੱਖ ਕੇ ਇੱਕ ਨਵਾਂ ਥਾਂ ਖਰੀਦਿਆ ਗਿਆ ਹੈ ਜਿਸ ਦੇ ਵਿੱਚ 200 ਤੋਂ ਜ਼ਿਆਦਾ ਕਾਰਾਂ ਖੜੀਆਂ ਹੋ ਸਕਦੀਆਂ ਹਨ। ਇਹ ਗੁਰੂ ਘਰ ਦੀਆਂ ਸੇਵਾਵਾਂ ਸਾਡੀਆਂ ਸੰਗਤਾਂ ਦੇ ਪਾਸ ਹਨ। ਸੋ ਹੁਣ ਮੈਂ ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਅਕਾਲ ਚੈਨਲ ਦੇ ਪ੍ਰਜੈਂਟਰ ਸਰਦਾਰ ਕੁਲਵੰਤ ਸਿੰਘ ਜੀ ਢੇਸੀ ਪਰ ਬੇਨਤੀ ਕਰਾਂਗਾ ਕਿ ਉਹ ਸੰਗਤਾਂ ਨੂੰ ਸੰਬੋਧਨ ਹੋਣ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਪਰਮ ਸਨਮਾਨਯੋਗ ਗੁਰੂ ਸਾਹਿਬ ਸਿੰਘ ਜੀ, ਗੁਰੂ ਫਤਿਹ ਦੇ ਨਾਲ ਸਾਂਝ ਪਾਈਏ ਜੀ ਗੱਜ ਵੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਕਿ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਅਕਾਲ ਚੈਨਲ ਵੱਲੋਂ ਗੁਰਦੁਆਰਾ ਦਰਸ਼ਨ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜੀ। ਉਹ ਅਸੀਂ ਡਾਕੂਮੈਂਟਰੀਜ਼ ਬਣਾ ਰਹੇ ਹਾਂ ਹਰ ਗੁਰਦੁਆਰੇ 'ਤੇ, ਅਤੇ ਆਪਣਾ ਘਰ ਤਾਂ ਸਾਰਿਆਂ ਨੂੰ ਪਿਆਰਾ ਹੁੰਦਾ, ਮੇਰਾ ਹੋਮ ਟਾਊਨ ਆ। ਮੈਂ ਕਿਹਾ ਕਿਉਂ ਨਾ ਆਪਣੇ ਪਰਿਵਾਰ ਤੋਂ ਇੱਥੋਂ ਸ਼ੁਰੂ ਕਰਾਂ। ਸੋ ਮੈਂ, ਸਾਡੇ ਸਾਰੇ ਪਿਆਰੇ ਦੋਸਤ ਨੇ, ਪਹਿਲੀਆਂ ਸਾਰੀਆਂ ਕਮੇਟੀਆਂ ਦੇ ਸਾਰੇ ਪ੍ਰਧਾਨ, ਸਾਰੇ ਸੇਵਾਦਾਰ ਅਤੇ ਮੌਜੂਦਾ ਅਜੀਤ ਸਿੰਘ ਜੀ ਜੁਟਲਾ ਅਤੇ ਪ੍ਰਿੰਸਸ ਸਾਹਿਬ ਸਵਰਨ ਸਿੰਘ, ਉਹਨਾਂ ਨੂੰ ਫੋਨ ਕੀਤਾ ਕਿ ਮੈਂ ਰਾਮਗੜੀਆ ਗੁਰਦੁਆਰੇ ਆਉਣਾ ਚਾਹੁੰਦਾ। ਕਿ ਤੁਸੀਂ ਹੈਰਾਨ ਹੋਵੋਗੇ ਸਾਧ ਸਿੰਘ ਜੀ, ਹਾਲਾਤ ਅੱਜ ਕੱਲ੍ਹ ਗੁਰਦੁਆਰਿਆਂ ਦੀ ਹੁੰਦੀ ਜਾ ਰਹੀ ਆ। ਜਦੋਂ ਅਸੀਂ ਕਹਿੰਦੇ ਨਾ ਅਕਾਲ ਚੰਦ ਨੇ ਆਉਣਾ, ਉਹ ਕਹਿੰਦੇ ਕਿ ਜਿੱਦਣ ਸਾਡੇ ਅਖੰਡ ਪਾਠ ਹੋ ਜਾਂ ਵਿਆਹ ਹੋ ਉਦਣ ਆਇਓ, ਸੰਗਤ ਬਹੁਤ ਸਵਾਈ ਹੁੰਦੀ ਆ। ਪਰ ਇਹ ਬੜੇ ਵੱਡੇ ਭਾਗਾਂ ਦੀ ਗੱਲ ਆ ਅਤੇ ਮਾਣ ਜਾਂਦਾ ਸਾਰੀਆਂ ਕਮੇਟੀਆਂ ਨੂੰ, ਮੌਜੂਦਾ ਕਮੇਟੀ ਨੂੰ ਵੀ, ਪਹਿਲੀਆਂ ਕਮੇਟੀਆਂ ਨੂੰ ਵੀ, ਕਿ ਰਾਮਗੜੀਆ ਗੁਰਦੁਆਰਾ ਕਾਵਨਟਰੀ ਦੀ ਜਿਹੜੀ ਸਟੇਜ ਆ, ਚਾਹੇ ਕੋਈ ਫੰਕਸ਼ਨ ਹੋਵੇ ਜਾਂ ਨਾ ਹੋਵੇ, ਸੰਗਤਾਂ ਗੁਰਦੁਆਰੇ ਆਉਣ ਵਾਸਤੇ ਵੀ ਆਉਂਦੀਆਂ ਨੇ, ਕੇਵਲ ਰਸਮਾਂ ਪੂਰੀਆਂ ਕਰਨ ਵਾਸਤੇ ਨਹੀਂ। ਅਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਸ਼ੁਰੂਆਤ ਕਰ ਲਓ ਅਤੇ ਜਿੰਨੇ ਜਿੰਨੇ ਸੱਜਣ ਮਿਲਦੇ ਜਾਣਗੇ ਆਪਾਂ ਇੰਟਰਵਿਊ ਕਰਦੇ ਜਾਵਾਂਗੇ। ਸੋ ਜਿਹੜਾ ਆਪਣਾ ਇਤਿਹਾਸ ਆ ਗੁਰਦੁਆਰੇ ਦਾ, ਗੁਰਦੁਆਰਾ ਬਹੁਤ ਵੱਡੀ ਗੱਲ ਆ ਜੀ, ਉਹਨੂੰ ਪ੍ਰਜ਼ਰਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਮੈਂ ਮੌਜੂਦਾ ਕਮੇਟੀ ਦਾ ਅਤੇ ਪਹਿਲੀਆਂ ਸਾਰੀਆਂ ਕਮੇਟੀਆਂ ਦਾ ਬਹੁਤ ਧੰਨਵਾਦ ਕਰਦਾ।
ਮੈਨੂੰ ਜੋ ਪਿਆਰ ਸਤਿਕਾਰ ਕਮੈਂਟਰੀ 'ਚੋਂ ਇਹਨਾਂ ਨੂੰ ਮਿਲਿਆ, ਇਹਨਾਂ ਵੱਲੋਂ ਮਿਲਿਆ, ਆਹ ਜੱਗੀ ਹੋਰੀ ਬਾਂਸਲ ਸਾਹਿਬ ਸਾਰੇ, ਸਰਦਾਰ ਹਰਭਜਨ ਸਿੰਘ ਸਾਡੇ ਕੋਲ ਕੇ ਕੀਰਤਨ ਕਰਦੇ ਨੇ, 11 ਸਾਲ ਮੇਰਾ ਬੜਾ ਸਾਥ ਦਿੱਤਾ ਸਾਰਿਆਂ ਨੇ, ਗੁਰਦਿਆਲ ਸਿੰਘ ਜੀ ਬੈਠੇ ਨੇ, ਭਾਈ ਦਿਦਾਰ ਸਿੰਘ ਬਾਂਸਲ, ਜੰਡੂ ਪਰਿਵਾਰ ਸਾਰਾ, ਮਲਕੀਤ ਸਿੰਘ ਹੁਣੀ ਸਿੰਘ, ਮੰਨ ਲਓ ਕਿਹਦਾ ਕਿਹਦਾ ਨਾਂ ਲਈਏ ਜੀ। ਇੱਕ ਇੱਕ ਗੁਰਸਿੱਖ ਨੇ ਮੇਰਾ ਬਹੁਤ ਸਤਿਕਾਰ ਦਿੱਤਾ, ਹਮੇਸ਼ਾ ਮਾਣ ਦਿੱਤਾ। ਸੋ ਮੈਂ ਮੌਜੂਦਾ ਕਮੇਟੀ ਦਾ ਵੀ ਧੰਨਵਾਦ ਕਰਦਾ ਅਤੇ ਸਾਧ ਸੰਗਤ ਜੀ ਦਾ, ਆਪ ਜੀ ਦਾ ਉਚੇਚੇ ਤੌਰ 'ਤੇ, ਕਿ ਇਹ ਜਿਹੜਾ ਪ੍ਰੋਗਰਾਮ ਆ ਗੁਰਦੁਆਰਾ ਦਰਸ਼ਨ, ਆਪਾਂ ਆਪਣੇ ਗੁਰਦੁਆਰਿਆਂ ਦੀਆਂ ਪ੍ਰਾਪਤੀਆਂ, ਉਹਨਾਂ ਦੀਆਂ ਸੇਵਾਵਾਂ, ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟ, ਉਹ ਆਪਾਂ ਸੰਗਤਾਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰੀਏ, ਵਰਨਾ ਬਹੁਤ ਸਾਰੇ ਅੱਜ ਵਿਅਕਤੀ ਸਾਡੇ ਵਿੱਚੋਂ ਅਲੋਪ ਹੋ ਗਏ ਹਨ, ਚਲੇ ਗਏ ਹਨ, ਉਹਨਾਂ ਦੇ ਮੁੜ ਕੇ ਦਰਸ਼ਨ ਵੀ ਨਹੀਂ ਕਦੇ ਹੋਣੇ। ਉਹਨਾਂ ਨੇ ਬੜੀਆਂ, ਹਜ਼ੂਰਾ ਸਿੰਘ ਜੀ ਦੱਸਦੇ ਸੀ, ਆਹ ਅਲਮਾਰੀਆਂ ਅਸੀਂ ਹੱਥੀਂ ਬਣਾਈਆਂ, ਕੰਮ ਅਸੀਂ ਹੱਥੀਂ ਕੀਤੇ, ਤੋ ਸਾਰੇ ਹੁਣ ਬਜ਼ੁਰਗ ਹੋ ਗਏ, ਅਸੀਂ ਆਪ ਤਾਂ ਆਸਤਾ ਬਜ਼ੁਰਗ ਹੋ ਗਿਆ ਜੀ। ਸੋ ਇਹ ਮੇਰੀ ਕੋਸ਼ਿਸ਼ ਆ ਕਿ ਆਪਾਂ ਜਿੰਨਾ ਕੁ ਖਜ਼ਾਨਾ ਬਚਦਾ ਆਪਣਾ ਸਾਰਾ ਬਚਾਈਏ, ਸੰਗਤਾਂ ਦੇ ਸਾਹਮਣੇ ਲਿਆਈਏ, ਬਾਕੀ ਇਹਨਾਂ ਨੇ ਅਗਲੀ ਜਿਹੜੀ ਸਾਡੀ ਨਸਲ ਹੈ ਉਹਨਾਂ ਨੇ ਸਾਂਭਣਾ। ਇਹਦੇ ਨਾਲ ਨਾਲ ਇਹ ਜ਼ਰੂਰ ਬੇਨਤੀ ਕਰੂੰਗਾ, ਅਕਾਲ ਚੈਨਲ ਵੱਲੋਂ ਦੁਖੀਆਂ ਦੀ ਮਦਦ ਕੀਤੀ ਜਾਂਦੀ ਆ, ਜੋ ਵੀ ਕੋਈ ਲੋੜਵੰਦ ਹੋਵੇ। ਆ ਹੁਣੇ ਇੱਕ ਲੜਕੀ ਦਾ ਕੇਸ ਆਇਆ ਸੀ, ਤੇਜ਼ਾਬ ਪਾ ਦਿੱਤਾ ਸਹੁਰਿਆਂ ਨੇ, ਮਤਲਬ ਸਟੋਵ ਫਟਣ ਦਾ ਬਹਾਨਾ ਲਾਇਆ, ਲੇਕਿਨ ਅੱਗ ਲਾਤੀ, ਕੁੜੀ ਦਾ ਪਿੱਛੇ ਜਿਹਾ ਤੁਸ ਗਿਆ ਸਾਰਾ। ਉਹ ਲਿਆਉਣੀ ਅਸੀਂ ਸੋਚਦੇ ਸੀਗੇ, ਲਿਆਈਏ ਉਹਦੀ ਅਪੀਲ, ਉਹ ਕੁੰਨਰ ਪਰਿਵਾਰ ਨੇ ਆਪ ਹੀ ਉਹਦੀ ਮਾਤਾ ਜੀ ਨੇ ਕਰ ਦਿੱਤੀ ਸੇਵਾ। ਕਈ ਸੇਵਾਵਾਂ ਤਾਂ ਪਿੱਛੇ ਹੋ ਜਾਂਦੀਆਂ ਨੇ ਆਪਣੇ ਆਪ, ਅਸੀਂ ਲਿਆਈ ਦੀ ਉਹ ਨਹੀਂ ਚੱਲਣ 'ਤੇ। ਬਹੁਤ ਡੈਸਪਰੇਟ ਕੇਸ ਕੋਈ ਹੋਵੇ, ਹੁਣ ਲੜਕੇ ਦੀ ਕੇਸ ਇਸ ਵੇਲੇ ਚੱਲ ਰਹੀ ਹੈ ਅਪੀਲ, ਜਿਹਦੇ ਟਰੈਕਟਰ ਚੱਲ ਆਪਾਂ ਲੰਘ ਗਿਆ ਮਤਲਬ ਪੇਟ ਦੇ ਉੱਤੋਂ। ਬਹੁਤ ਦੁਖੀ, ਬਹੁਤ ਗਰੀਬ ਪਰਿਵਾਰ ਹੁੰਦੇ ਨੇ। ਇਹਦੇ ਨਾਲ ਨਾਲ ਇਹ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਡਾਇਰੈਕਟ ਡੈਬਿਟ ਮੈਂਡੇਟ, ਘੱਟੋ ਘੱਟ ਹਰ ਪਰਿਵਾਰ 1 ਪਾਉਂਡ ਦਾ ਡਾਇਰੈਕਟ ਡੈਬਿਟ ਭਰੇ, ਤਾਂ ਕਿ ਅਕਾਲ ਚੈਨਲ ਜਿਹੜਾ ਬੇਬੀ ਚੈਨਲ ਆ, ਇਹ ਮਾਣ ਦੀ ਗੱਲ ਹੈ ਕਿ ਅੱਜ ਸਾਨੂੰ ਪਹਿਲਾ ਨੰਬਰ ਪ੍ਰਾਪਤ ਹੋਇਆ ਦਰਸ਼ਕਾਂ ਦੇ ਹਿਸਾਬ ਨਾਲ, ਸਭ ਤੋਂ ਵੱਧ ਦੂਣੀ ਫਿਗਰ ਆ। ਕਰੀਬ ਸਾਰੇ ਚੈਨਲਾਂ ਤੋਂ ਜ਼ਿਆਦਾ 106 ਦੇਸ਼ਾਂ ਵਿੱਚ ਅਕਾਲ ਚੈਨਲ ਦੇਖਿਆ ਜਾਂਦਾ, ਬਿਨਾਂ ਕਿਸੇ ਪੱਖਪਾਤ ਤੋਂ, ਬਿਨਾਂ ਕਿਸੇ ਰਾਜਨੀਤਿਕ ਅਲਾਇੰਸ ਤੋਂ, ਬਗੈਰ ਕਿਸੇ ਪਾਸੇ ਝੁਕਿਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਿਰਪੱਖ ਹੋ ਕੇ। ਸੋ ਬੀਬੀਆਂ ਤੋਂ ਅਸੀਂ ਥੱਲੇ ਸਾਈਨ ਕਰਾ ਰਹੇ ਹਾਂ ਤਾਂ ਕਿ ਤੁਹਾਡੀ ਰੈਫਰੈਂਸ ਸਾਨੂੰ ਮਿਲੇ, ਤਾਂ ਤਾਲਮੇਲ ਆਪਣਾ ਬਣ ਸਕੇ, ਸੇਵਾਵਾਂ ਤੁਹਾਤੋਂ ਲੈ ਸਕੀਏ ਅਸੀਂ ਸਾਰੇ। ਮੈਂ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਬਾਹਰ ਖਿਆਨਜੀ ਸਾਹਿਬ ਦੇ ਕੋਲ ਸਾਡੀ ਇੱਕ ਲਿਸਟ ਪਈ ਹੈ, ਜਿਹਦੇ ਵਿੱਚ ਤੁਸੀਂ ਆਪਣਾ ਸਾਨੂੰ ਸੰਪਰਕ ਦੇਣ ਦੀ ਜ਼ਰੂਰ ਕਿਰਪਾਲਤਾ ਕਰੋ, ਤਾਂ ਕਿ ਤੁਹਾਡੇ ਨਾਲ ਜਿੱਥੇ ਅਸੀਂ ਪੰਥਕ ਰਾਬਤਾ ਕਰਨਾ, ਪੰਥਕ ਤੌਰ 'ਤੇ, ਇਹ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੁੰਦੀ ਆ ਕਿ ਪਰਿਵਾਰ ਆਪਣੇ ਨਾਲ ਖਿਲਰਦਾ ਜਾਂਦਾ ਸਾਰਾ ਆਪਣੇ ਪੰਥ ਦਾ, ਆਪਣਾ ਜਥੇਬੰਦਕ ਭੈਣ ਭੇਦ ਮੇਟ ਕੇ ਉੱਪਰ ਉੱਠੀਏ, ਅਤੇ ਪੰਥ ਦੇ ਜਿਹੜੇ ਉਲਝੇ ਹੋਏ ਮਸਲੇ ਹਨ ਉਹਨਾਂ ਨੂੰ ਸੁਲਝਾਉਣ ਵਿੱਚ ਆਪਾਂ ਆਪਣਾ ਯੋਗਦਾਨ ਪਾਈਏ। ਸੋ ਆਪਣਾ ਰੈਫਰੈਂਸ ਦੇਣ ਦੀ ਕਿਰਪਾਲਤਾ ਕਰਨੀ। ਸੁਰਿੰਦਰ ਸਿੰਘ ਜੀ ਮਾਨ, ਸਾਰੀ ਕਮੇਟੀ ਦਾ ਮੈਂ ਬਹੁਤ ਧੰਨਵਾਦ ਕਰਦਾ, ਭਾਈ ਗੁਰਮੀਤ ਸਿੰਘ ਜੀ ਜਿਹੜੇ ਕਿ ਸਾਡੇ ਕੋਲ ਆਣ ਕੇ ਬਹੁਤ ਸਮਾਂ ਕੀਰਤਨ ਕਰਦੇ ਰਹੇ ਨੇ। ਸੋ ਇਹ ਖੁਸ਼ੀ ਦੀ ਗੱਲ ਆ ਜੀ, ਗੁਰਦੁਆਰਿਆਂ ਦਾ, ਗੁਰਸਿੱਖਾਂ ਦਾ ਐਸਾ ਤਾਲਮੇਲ, ਐਸਾ ਪਿਆਰ ਹੋਣਾ ਚਾਹੀਦਾ। ਸੋ ਮੈਨੂੰ ਬਹੁਤ ਚੰਗਾ ਲੱਗਿਆ ਕਿ ਅਸੀਂ ਇਹ ਜਿਹੜੀ ਹੈਗੀ ਆ ਗੁਰਦੁਆਰਾ ਦਰਸ਼ਨ, ਜਿਹੜਾ ਇਹਦਾ ਸ਼ੁਰੂਆਤ ਹਾਲੇ ਪਹਿਲੇ, ਮਤਲਬ ਦੂਜਾ ਇਹ ਹੈਗੀ ਸਾਡੀ ਸੀਰੀਜ਼, ਉਹ ਅਸੀਂ ਇੱਥੋਂ ਕਾਵਨਟਰੀ ਤੋਂ ਆਪਣੇ ਮੈਂ ਹੋਮ ਟਾਊਨ ਤੋਂ ਕਰ ਰਿਹਾ, ਅਤੇ ਮੈਨੂੰ ਤੁਹਾਡੇ ਤੋਂ ਬਹੁਤ ਜ਼ਿਆਦਾ ਸਹਿਯੋਗ ਦੀ ਵੀ ਲੋੜ ਆ। ਜਿਹਨਾਂ ਸੰਗਤਾਂ ਨੇ ਕੋਈ ਵੀ ਮਾਇਆ ਦੇਣੀ, ਉਹ ਆਪਣੀ ਰਸੀਦ ਮੇਰੇ ਕੋਲੋਂ ਲੈ ਕੇ ਜਾਣ, ਜ਼ਰੂਰ ਮਿਲਣ ਦੀ ਕਿਰਪਾਲਤਾ ਕਰਨੀ। ਥੱਲੇ ਮੈਂ ਲੰਗਰ ਹਾਲ ਦੇ ਵਿੱਚ ਆਪ ਜੀ ਦੀ ਸਾਰਿਆਂ ਦੀ ਇੰਤਜ਼ਾਰ ਕਰਾਂਗਾ, ਲੇਕਿਨ ਟੈਲੀਫੋਨ ਆਪਣਾ ਜ਼ਰੂਰ ਦੇ ਦੇਣਾ ਤਾਂ ਕਿ ਆਪ ਜੀ ਦੇ ਨਾਲ ਰਾਬਤਾ ਹੋ ਸਕੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਲੰਗਰ ਦਾ ਸੇਵਾਦਾਰ ਹੈ, ਮੁੱਖ ਸੇਵਾਦਾਰ, ਇੰਚਾਰਜ ਵੀ, ਅਤੇ ਦਾਸ ਕਾਫੀ ਦੇਰ ਤੋਂ ਗੁਰੂ ਘਰ ਦੀ ਸੇਵਾ ਕਰ ਰਿਹਾ ਹੈ। ਬਾਕੀ ਸਾਰੀਆਂ ਆਈਆਂ ਸੰਗਤਾਂ ਦਾ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਗੜੀਆ ਸਿੱਖ ਟੈਂਪਲ ਦਾ ਇਹ ਨੰਬਰ 2 ਹਾਲ ਆ, ਜਿੱਥੇ ਕਿ ਵਿਆਹ ਸ਼ਾਦੀਆਂ ਹੋਰ ਸਮਾਗਮ ਕੀਤੇ ਜਾਂਦੇ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰਮੁਖ ਮਾਈ ਭਾਈ ਸਤਸੰਗੀਓ, ਪਰਮ ਆਦਰਣੀ ਗੁਰੂ ਰੂਪ ਗੁਰੂ ਸਾਧ ਸਿੰਘ ਜੀ, ਬੇਨਤੀ ਕਰੀਏ ਕਿ ਮੇਰਾ ਨਾਮ ਭਾਈ ਸੰਤਾ ਸਿੰਘ ਹੈ। ਬੇਨਤੀ ਹੈ, ਤਕਰੀਬਨ ਮੈਂ ਇਸ ਗੁਰੂ ਘਰ ਵਿਖੇ ਗੁਰਦੁਆਰਾ ਰਾਮਗੜੀਆ ਸਿੱਖ ਟੈਂਪਲ ਫੌਜੀ ਰੋਡ ਵਿਖੇ ਤਕਰੀਬਨ 15-16 ਸਾਲ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਨਿਭਾ ਰਿਹਾ, ਔਰ ਸੰਗਤ ਦੀ ਬੜੀ ਕਿਰਪਾ ਹੈ। ਸੰਗਤ ਮੈਨੂੰ ਬਹੁਤ ਪਿਆਰ ਪ੍ਰਦਾਨ ਕਰ ਰਹੀ ਹੈ, ਕਿਉਂਕਿ ਇੱਥੇ ਤਕਰੀਬਨ ਜਦੋਂ ਦਾ ਗੁਰਦੁਆਰਾ ਸਾਹਿਬ ਬਣਿਆ ਹੈ, ਪੰਜਾਂ ਬਾਣੀਆਂ ਦੇ ਨਿਤਨੇਮ, ਗੁਰੂ ਘਰ ਦੀ ਸੇਵਾ, ਸੁਖਮਨੀ ਸਾਹਿਬ ਦੇ ਪਾਠ, ਗੁਰਬਾਣੀ ਦੇ ਕੀਰਤਨ, ਕਥਾ ਕੀਰਤਨ, ਮਰਜ਼ਾਦਾ ਅਨੁਸਾਰ ਜੋ ਵੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਹੈ, ਉਸ ਮਰਜ਼ਾਦਾ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਯੋਗ ਦੇ ਨਾਲ ਭਾਈ ਗੁਰੂ ਘਰ ਦਾ ਪ੍ਰੋਗਰਾਮ ਸਾਰਾ ਚੱਲ ਰਿਹਾ ਹੈ। ਇਸ ਕਰਕੇ ਜਿੱਥੇ ਦਾਸ ਸੇਵਾ ਨਿਭਾ ਰਿਹਾ ਹੈ 15-16 ਸਾਲ ਤੋਂ, ਉੱਥੇ ਮੇਰੇ ਛੋਟੇ ਵੀਰ, ਮੇਰੇ ਸਾਥੀ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਵੀ ਮੇਰਾ ਸੰਯੋਗ ਦੇ ਰਹੇ ਨੇ, ਔਰ ਉਹ ਵੀ ਉਸੇ ਤਰ੍ਹਾਂ ਹੀ ਉਸ ਮਰਜ਼ਾਦਾ ਨੂੰ ਫੈਲੋ ਕਰਦਿਆਂ ਹੋਇਆਂ, ਉਸ ਮਰਜ਼ਾਦਾ ਦੇ ਨਾਲ ਚੱਲਦਿਆਂ ਹੋਇਆਂ। ਅਤੇ ਇਸ ਕਰਕੇ ਮੈਂ ਇੱਥੋਂ ਦੀਆਂ ਸੰਗਤਾਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਸਾਨੂੰ ਪੂਰਨ ਸੰਯੋਗ ਪ੍ਰਦਾਨ ਕਰਦੇ ਨੇ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਸਪਾਲ ਸਿੰਘ ਮਾਨ, ਮੈਂਬਰ ਆਫ ਟਰੱਸਟ ਬੋਰਡ, ਰਾਮਗੜੀਆ ਗੁਰਦੁਆਰਾ ਫੌਜ਼ਲ ਰੋਡ ਕਾਵੰਟਰੀ, ਆਪ ਜੀ ਨੂੰ ਜੀ ਆਇਆਂ ਕਹਿੰਦਾ ਹੈ। ਗੁਰੂ ਘਰ ਵਿਖੇ ਹਰ ਰੋਜ਼ ਕਥਾ ਕੀਰਤਨ ਬਾਣੀ ਦੇ ਪ੍ਰਵਾਹ ਚੱਲਦੇ ਹਨ। ਹਰ ਸ਼ਨੀਵਾਰ ਨੂੰ ਨਾਮ ਸਿਮਰਨ ਦਾ ਪ੍ਰੋਗਰਾਮ ਵੀ ਕੀਤਾ ਜਾਂਦਾ ਹੈ, ਜਿਸ ਵਿੱਚ ਲੋਕਲ ਜਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਹਨ। ਕਮਿਊਨਿਟੀ ਕਾਲਜ, ਰਾਮਗੜੀਆ ਕਮਿਊਨਿਟੀ ਕਾਲਜ ਬੱਚਿਆਂ ਨੂੰ ਪੰਜਾਬੀ ਬੋਲਣ ਦਾ, ਪੜ੍ਹਨ ਲਿਖਣ ਦਾ ਪ੍ਰਬੰਧ ਕਰਦਾ ਹੈ, ਜਿੱਥੇ ਕਿ ਆਪ ਜੀ ਦੇ ਬੱਚੇ ਪੰਜਾਬੀ ਸਿੱਖ ਸਕਦੇ ਹਨ। ਬੱਚੇ ਬੱਚੀ ਦੇ ਵਿਆਹ ਵਾਸਤੇ ਗੁਰੂ ਘਰ ਵਿਖੇ ਰਜਿਸਟਰਾਰ ਦਾ ਪ੍ਰਬੰਧ ਹੈ, ਤਾਂ ਕਿ ਜਿਹੜੀ ਰਜਿਸਟਰ ਮੈਰਿਜ ਹੈ ਉਹ ਆਪ ਜੀ ਗੁਰੂ ਘਰ ਵਿਖੇ ਹੀ ਕਰ ਸਕਦੇ ਹੋ, ਬਾਹਰ ਜਾਣ ਦੀ ਆਪ ਜੀ ਨੂੰ ਲੋੜ ਨਹੀਂ। ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਗੁਰੂ ਘਰ ਆਓ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਅਤੇ ਇਹਨਾਂ ਜਿਹੜੀਆਂ ਆਪ ਜੀ ਨੂੰ ਸਹੂਲਤਾਂ ਹਨ ਇਹਨਾਂ ਨੂੰ ਹਾਸਲ ਕਰੋ। ਰਾਮਗੜੀਆ ਫੈਮਿਲੀ ਸੈਂਟਰ ਦੀ ਬਿਲਡਿੰਗ ਆ, ਜਿੱਥੇ ਕਿ ਵਿਆਹ ਸ਼ਾਦੀਆਂ ਦੀ ਚਾਹ ਪਿਲਾਈ ਜਾਂਦੀ ਆ ਅਤੇ ਪ੍ਰਸ਼ਾਦਾ ਛਕਾਇਆ ਜਾਂਦਾ, ਹੋਰ ਵੀ ਸਾਰੀਆਂ ਫੰਕਸ਼ਨਾਂ, ਬਰਥਡੇ ਪਾਰਟੀ ਵਗੈਰਾ, ਚੁੰਨੀ ਚੜਾਉਣ ਦਾ ਕੰਮ ਸਾਰਾ ਇੱਥੇ ਚੱਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਕਾਵੰਟਰੀ ਦਾ ਜੇ ਕਵਰੇਜ ਕੀਤਾ ਹੈ, ਜਿਹਦੇ ਵਿੱਚ ਕਿ ਉਹਨਾਂ ਦਾ ਸਾਰਾ ਇਤਿਹਾਸ, ਗੁਰਦੁਆਰਾ ਸਾਹਿਬ ਦਾ ਇਤਿਹਾਸ, ਸੇਵਾਦਾਰਾਂ ਦਾ, ਅਤੇ ਜੋ ਜੋ ਪ੍ਰਾਪਤੀਆਂ ਗੁਰਦੁਆਰਾ ਸਾਹਿਬ ਨੇ ਕੀਤੀਆਂ ਹਨ, ਅਤੇ ਆਉਣ ਵਾਲੇ ਭਵਿੱਖ ਵਿੱਚ ਇਹਨਾਂ ਦੀਆਂ ਕੀ ਯੋਜਨਾਵਾਂ ਹਨ, ਕੀ ਕੁਝ ਕਮੇਟੀਆਂ ਕਰਨ ਜਾ ਰਹੀਆਂ ਹਨ, ਉਹ ਸਾਰਾ ਇੱਕ ਰਿਕਾਰਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਅਸੀਂ ਬਾਕੀ UK ਦੀਆਂ ਸਾਰੀਆਂ ਹੀ ਗੁਰਦੁਆਰਾ ਕਮੇਟੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਦਸਤਾਵੇਜ਼ ਹਮੇਸ਼ਾ ਵਾਸਤੇ ਭਵਿੱਖ ਵਿੱਚ ਸੁਰੱਖਿਅਤ ਹੋ ਜਾਣਾ, ਕਿਉਂਕਿ ਬਹੁਤ ਸਾਰੇ ਸਾਡੇ ਬਹੁਤ ਪਿਆਰੇ ਵਿਅਕਤੀ ਅੱਜ ਹੋ ਕੇ ਚਲੇ ਗਏ ਨੇ, ਬਹੁਤ ਸਾਰਾ ਇਤਿਹਾਸ ਦੱਬਿਆ ਦਾ ਦੱਬਿਆ ਰਹਿ ਗਿਆ ਜਿਨ੍ਹਾਂ ਨੇ ਸ਼ੁਰੂਆਤ ਕੀਤੀਆਂ ਸੀ ਇਹ ਸੇਵਾਵਾਂ। ਹੁਣ ਵੀ ਸਮਾਂ ਹੈ ਕਿ ਅਸੀਂ ਆਪਣੇ ਗੁਰਦੁਆਰਿਆਂ ਦੀ ਡਾਕੂਮੈਂਟਰੀਜ਼ ਬਣਾਈਏ, ਜਿਹਦੇ ਵਿੱਚ ਅਸੀਂ ਆਪ ਸਾਰਿਆਂ ਨੂੰ ਬੇਨਤੀ ਕਰਦੇ ਹਾਂ
कि आप अपने गुरु घर का जो हैगा सारा इतिहास अकाल चैनल दे इस गुरुद्वारा दर्शन प्रोग्राम दे विच दिखाने लई साडे नाल तालमेल करो, राबता करो जी। दास कुलवंत सिंह ढेसी, रामगढ़िया गुरुद्वारा कावंटरी दियां सारियां संगतां अते मौजूदा कमेटी का बहुत बहुत धन्यवाद है जी। वाहिगुरू जी का खालसा, वाहिगुरू।